अज मैं आया झंडियाणा और इत्थे कबूतरबाज रह रहे ने काफ़ी बड़े ना ते तैयारियां शैरियां हो रही फिर हैं जी। हलवा जी हो जी। हाँ जी भाजी आप मिले सी उ जिते वर्ल्ड कप होया सी जोगे वाला। हाँ जी हाँ जी तो पक्षियां झलियां जा रही हैं। अच्छा जी ये मतलब भी मतलब तुसी एसी भी लाने है ना इन्होंने कबूतरों को पखा तो चलते ही रहता एसी भी ला दी कि रोड़ पे ज़्यादा गर्मी पे अच्छा फिर इन कोई स्पैशल कोई मूल मंत्र जी मूल मंत्र बस आही आ भी कुड़ी जी गर्मी मनी जाती अंदर इनवेटर भी डाउन हो गए बिजली का कम जो करिए लैना पाई जाते चौबी घंटे वाली करके लाइट बंद आ मैं बाहर कढ़ लिया इतने खड़ा मैं उन्होंने माड़ा जहा देख लीजिए चेक कर लीए पानी का नहीं है इन्हों की है पानी किवें चेक होंगे बई मतलब भी पानी तो दो तरह चेक होंगे जी जो फट के पुट्टा नप के पता लगता है भी कि है जो बड़ा थले जावड़ा मैं तो खड़का के देख लेना इस तरह अच्छा किसी का नहीं पता कोई किवें होर मापदंड भी हो किसी को भी इस तरह मापिया जाता है बारे नहीं कह सकते। अच्छा पानी का की सिस्टम होंगे जिम्मे प्लेयर जो खुराक खाने कहते भुखे पेट जाना हों जी पानी का सिस्टम यही है भी जिम्मे पहला बड़िया तो सीख लिया उम्मीद दी जाने जी कि कोई दो घंटे खिंची जाता है कोई दूर च खिंची जाता कोई दिनों खिंची जाता है ओके okay. अच्छा बई जी आज बैठते हैं आप। हाँ जी हाँ जी तो थानू मतलब ये शौक कदों पैंदा है मतलब भी एक कहना भी शौक कबूतरबाजी का कबूतरबाजी का परिवार से चलता सी पहला मैंने तो पहला किसी ने कबूतर खाए सी लात की बाबत लात की मतलब जी ਜਿਵੇਂ ਕਿ ਲੋਕ ਕਹਿ ਨਹੀਂ ਦਿੰਦੇ ਕਿਸੇ ਤੋਂ ਪੁੱਛ ਲਈ ਜਾਂਦੀ ਹੈ ਜਾਂ ਕਿਸੇ ਸੰਤ ਪੀਰ ਨਾਲ ਜੁੜਿਆ ਜਾਂਦਾ ਹੈ ਉਹ ਕਿਸੇ ਕੋਲ ਜਾਣ ਲੱਗੇ ਸੀ ਉਹਨਾਂ ਨੇ ਦਿਖਾਏ ਸੀ ਵੀ ਬੱਚੇ ਤਾਂ ਹੋਣਗੇ ਤੁਹਾਡੇ ਜੇ ਤੁਸੀਂ ਘਰੇ ਕਬੂਤਰ ਰੱਖੋਗੇ ਤਾਂ ਅਤੇ ਉਹਦੇ ਬਾਅਦ 'ਚ ਤਿੰਨ ਘਰਾਂ 'ਚ ਮੈਂ ਇਕੱਲਾ ਸੀਗਾ ਪਾਪੇ ਹੋਰੀ ਫਾਦਰ ਸਾਹਿਬ ਮੇਰੇ ਤਿੰਨ ਭਰਾ ਸੀਗੇ ਤਿੰਨਾਂ ਦੇ ਵਿੱਚ ਮੈਂ ਇਕੱਲਾ ਹੈ ਉਹਨਾਂ ਦੋਵਾਂ ਨੇ ਨਹੀਂ ਰੱਖੇ ਕਬੂਤਰ ਅਤੇ ਉਹਨਾਂ ਦੀ ਕੋਈ ਲਾਦ ਨਹੀਂ ਸੀ ਮੇਰੇ ਪਾਪੇ ਨੂੰ ਜਿਹੜੀ ਸ਼ੌਂਕ ਪੈ ਗਿਆ ਲਾ ਲਓ ਜਾਂ ਮਜਬੂਰੀ ਬਣ ਗਈ ਉਹਨਾਂ ਨੂੰ ਚਹਿਣਾ ਹੋਈ ਰੱਖਣ ਦੀ ਉਹਨਾਂ ਨੇ ਰੱਖੇ ਅਸੀਂ ਦੋ ਭੈਣ ਪਾਈਆਂ ਜੀ ਤਿੰਨ ਪਰਿਵਾਰਾਂ 'ਚੋਂ ਮਤਲਬ ਫਕੀਰਾਂ ਨੇ ਕੀਤਾ ਹੁਣ ਬੋਲ ਫਕੀਰਾਂ ਦੇ ਬੋਲ ਸੀਗੇ ਉਹਦੇ ਬਾਅਦ ਦੇ ਵਿੱਚ ਹੌਲੀ ਹੌਲੀ ਜਦੋਂ ਘਰੇ ਕਬੂਤਰ ਸੀਗੇ ਕਬੂਤਰਾਂ ਦੀ ਚਹਿਣਾ ਵੱਧਦੀ ਗਈ ਅਤੇ ਫਿਰ ਪਿੰਡ ਦੇ ਵਿੱਚ ਸਾਡੇ ਬਾਈ ਸਾਈ ਇੱਕ ਬਾਬਾ ਮੱਖਣ ਸਿੰਘ ਸੀ ਆਪਣਾ ਗੁਆਂਢੀ ਸੀਗਾ ਉਹ ਜੀ ਜੀ ਇਹ ਬਾਜ਼ੀਆਂ ਛੱਡਦੇ ਸੀ ਪਹਿਲਾਂ ਜਾਣੀ ਕਿ ਬਾਈ ਸਾਈ ਕੀ ਬਾਜ਼ੀਆਂ ਛੱਡਦੇ ਸੀਗੇ ਉਹਨਾਂ ਦੀ ਘਰੇ ਜਾਣੀ ਆਉਣੀ ਹੋ ਗਈ ਆਪਣਾ ਆਪਦਾ ਘਰ ਬਣ ਗਿਆ ਉੱਥੋਂ ਫਿਰ ਬਾਜ਼ੀਆਂ ਦਾ ਸ਼ੌਂਕ ਹੋ ਗਿਆ ਜੀ ਨਾਲ ਬਿਜ਼ਨਸ ਹੋ ਗਿਆ ਇੱਕ ਪੈਸੇ ਬਣ ਲੱਗ ਪਏ ਫਿਰ ਚਹਿਣਾ ਹੋਈ ਵੀ ਆਪਾਂ ਵੀ ਚੰਗੇ ਕਬੂਤਰ ਲੈ ਜਾਈਏ ਕੁਛ ਬਾਈਕਾਂ ਤੋਂ ਲਏ ਕੁਛ ਹੋਰ ਇੱਧਰੋਂ ਉੱਧਰੋਂ ਇਕੱਠੇ ਕੀਤੇ ਬਾਈ ਰੇਸ਼ਮ ਤੋਂ ਲਏ ਕੋਟ ਸੁਖੀਓਂ ਉਹਨਾਂ ਕਬੂਤਰਾਂ ਤੋਂ ਹੌਲੀ ਹੌਲੀ ਹੋਰ ਕੁਛ ਫੜ ਫੜਾ ਲਏ ਉਮਰ ਉਹ ਜੀ ਸੀ ਚੱਕ ਚਕਾਲੇ ਖਿਡਾਰੀਆਂ ਦੇ ਮੇਨ ਖਿਡਾਰੀਆਂ ਦੇ ਜਿਨ੍ਹਾਂ ਦੇ ਉਸ ਆਪਦੇ ਸਮੇਂ ਦੇ ਉਹ ਸਟਾਰ ਸੀ ਅੱਜ ਵੀ ਸਟਾਰ ਹੀ ਹੈ ਕੋਈ ਇਹ ਨਹੀਂ ਕਹਿ ਸਕਦੇ ਵੀ ਅੱਜ ਉਹਨਾਂ ਦੇ ਉੱਡਣੋਂ ਹਟ ਗਏ ਜਾਂ ਉਹਨਾਂ ਨੂੰ ਕੋਈ ਜਾਣਦਾ ਨਹੀਂ ਉਹਨਾਂ ਦੇ ਉਦੋਂ ਚੱਕ ਕੇ ਭੱਜਣ ਜੋਗਾ ਜਾਣ ਸੀਗੀ ਲੱਤਾਂ 'ਚ ਭੱਜ ਭੁੱਜ ਕੇ ਲੋਕਾਂ ਦੇ ਚੱਕ ਕੇ ਉਹ ਵਿੱਚ ਜੋੜ ਜਾੜ ਲਿਆ ਹੀ ਬਣ ਗਏ ਬਸ ਉੱਥੋਂ ਬਣ ਚੱਕਣ ਦਾ ਮਤਲਬ ਵੀ ਕਬੂਤਰ ਵੀ ਕਬੂਤਰ ਅਗਲਾ ਤਾਂ ਬਾਜੀ ਛੱਡਿਆ ਹੁੰਦਾ ਸੀਗਾ ਅੱਛਾ ਚੋਰੀ ਕਰਨਾ ਜਿਹਨੂੰ ਕਹਿ ਸਕਦੇ ਚੋਰੀ ਕਰਨਾ ਹੀ ਕਹਿ ਸਕਦੇ ਹਾਂ ਹਾਂ ਚੋਰੀ ਕੀਤੀ ਚੋਰੀ ਹੁੰਦੀ ਹੈ ਸਾਰੀ ਕਰਦੇ ਆ ਜੀ ਕੋਈ ਆਪਾਂ ਲੈਦੇ ਨਹੀਂ ਕੋਈ ਦੱਸਦਾ ਨਹੀਂ ਅੱਛਾ ਕੋਈ ਦੱਸ ਦਿੰਦਾ ਬਸ ਇੰਨਾ ਕੁ ਫਰਕ ਆ ਤੁਹਾਡੀਆਂ ਭਾਅ ਜੀ ਆਹੀ ਸੱਚੀਆਂ ਗੱਲਾਂ ਨਾ ਮਤਲਬ ਵੀ ਲੋਕਾਂ ਨੂੰ ਕੀਲਦੀਆਂ ਮਿਹਰਬਾਨੀ ਆਪਾਂ ਧੰਨਵਾਦ ਕਰਦੇ ਉਹਨਾਂ ਭਰਾਵਾਂ ਦਾ ਸਾਰਿਆਂ ਦਾ ਜਿਹੜੀ ਵੀ ਆਪਾਂ ਨੂੰ ਚੰਗਾ ਸਮਝਦੇ ਆ ਆਪਾਂ ਇੰਨੇ ਜੋਗੇ ਤਾਂ ਨਹੀਂ ਸੀਗੇ ਪਰ ਪਰਮਾਤਮਾ ਨੇ ਕਰਤੇ ਸੱਚੇ ਪਾਤਸ਼ਾਹ ਨੇ ਅੱਛਾ ਪਹਿਲੀ ਚੋਰੀ ਜਦੋਂ ਕਿੱਥੇ ਕੀਤੀ ਨਾ ਨਹੀਂ ਦੱਸਣਾ ਬੰਦੇ ਜਦੋਂ ਬੰਦੇ ਦੇ ਮਨ 'ਚ ਆਇਆ ਵੀ ਯਾਰ ਵੀ ਉਹ ਕਿਵੇਂ ਉਹ ਰਾਤ ਕਿਵੇਂ ਟੱਪੀ ਉਹ ਕਿਹੜੀ ਮਜਬੂਰੀ ਬਣੀ ਵੀ ਆਪਾਂ ਨਵਾਂ ਨਵਾਂ ਚੋਰੀ ਕਰਦਾ ਨਾ ਚਾਹੇ ਉਹ ਕੋਈ ਵੀ ਕਰੇ ਉਹਨੂੰ ਸੰਤੁਸ਼ਟੀ ਵੱਖਰੀ ਹੁੰਦੀ ਵੀ ਮੈਂ ਆਹ ਕੰਮ ਕਰਤਾ ਅੱਛਾ ਵੀ ਚੋਰੀ ਤੋਂ ਪਹਿਲੇ ਸੰਤੁਸ਼ਟੀ ਹੁੰਦੀ ਪਹਿਲਾਂ ਡਰ ਨਹੀਂ ਡਰ ਕਾਹਦਾ ਜੀ ਡਰ ਹੋਵੇ ਤਾਂ ਚੋਰੀ ਕਰਦਾ ਹੀ ਨਹੀਂ ਗਾ ਕੋਈ ਵੀ ਆ ਚਾਹੇ ਤਾਂ ਕੋਈ ਲਟੇਰਾ ਹੈ ਅਸੀਂ ਲਟੇਰੇ ਹੀ ਲਾ ਲਓ ਵੀ ਕਬੂਤਰ ਆਪਾਂ ਕਬੂਤਰ ਚੱਕਿਆ ਕਿਸੇ ਦਾ ਚੋਰੀ ਕੀਤੀ ਉਹ ਬੈਂਕ ਭਰਨ ਦੇ ਬਰਾਬਰ ਹੀ ਆ ਡਾਕਾ ਮਾਰਨ ਦੇ ਬਰਾਬਰ ਹੀ ਆ ਉਹਦੇ ਤਾਂ ਐਂ ਸੀ ਵੀ ਅੱਜ ਆਪਾਂ ਵੀ ਹਾਂ ਵੀ ਬਹੁਤ ਤਕੜਾ ਕਬੂਤਰ ਚੱਕ ਕੇ ਲਿਆ ਤਾਂ ਹੁਣ ਆਪਾਂ ਕੁਛ ਨਾ ਕੁਛ ਲੈ ਡਿੱਗਾਂਗੇ ਪਰ ਆਪਾਂ ਇੱਕ ਰੱਖਿਆ ਵੀ ਜਿਹਦੇ ਵੀ ਕਬੂਤਰ ਆਪਾਂ ਕਹਾਂਗੇ ਬਾਜ਼ੀਆਂ ਤੋਂ ਲੈ ਜਾਂਦੇ ਕਿਸੇ ਨੂੰ ਮਹੀਨੇ ਬਾਅਦ ਦੱਸਤਾ ਕਿਸੇ ਨੂੰ 6 ਮਹੀਨੇ ਬਾਅਦ ਉਦੋਂ ਟਾਈਮ ਤਾਂ ਸਾਡਾ ਸਾਲ ਵਾਲਾ ਹੀ ਸੀਗਾ ਕਿਉਂਕਿ ਬਾਜ਼ੀਆਂ 12-15 ਬਾਜ਼ੀਆਂ ਛੁੱਟਦੀਆਂ ਸੀਗੀਆਂ ਸਾਲ 'ਚ ਜਦੋਂ ਮੈਂ ਤੁਹਾਨੂੰ ਗੱਲ ਦੱਸਦਾ ਅੱਜ ਤੋਂ 26-27 ਸਾਲ ਪਹਿਲਾਂ ਅਤੇ ਬਾਜ਼ੀਆਂ ਵੀ ਅਸੀਂ ਬਾਈ ਸਾਈ ਨਾਲ ਆਪਦੇ ਇਲਾਕੇ 'ਚ ਹੀ ਛੱਡਦੇ ਹੁੰਦੇ ਸੀਗੇ ਜੇ ਅਸੀਂ ਦੂਰ ਜਾਂਦੇ ਸੀ ਬਾਹਲੇ ਤੋਂ ਬਾਹਲਾ ਰੁੰਮੀ ਇੱਕ ਲੀਲਾ ਦੋ ਥਾਂ ਹੀ ਜਾਂਦੇ ਸੀ ਅਤੇ ਕਬੂਤਰ ਜਿਹੜਾ ਕੋਈ ਚੱਕਿਆ ਉਹ ਆਪਾਂ 1-2 ਮਹੀਨੇ ਕੋਲ ਦੱਸਦੇ ਰਹੇ ਵੀ ਤੇਰਾ ਕਬੂਤਰ ਮੇਰੇ ਕੋਲ ਆ ਪਰ ਮੈਂ ਦੇਣਾ ਨਹੀਂ ਆ ਅੱਛਾ ਜਿਵੇਂ ਉਹਨਾਂ ਟਰੈਕਟਰਾਂ ਵਾਲੇ ਪੀਰ ਦੇ 5-6 ਕਬੂਤਰ ਹੁਣ ਵੀ ਇਸ ਜ਼ਮਾਨੇ 'ਚ ਵੀ ਆਪਾਂ ਗਾਂਹ ਪਛਾਂ ਕਰ ਲਏ ਲੈ ਲਏ ਫੜ ਦੜ ਲਏ ਇਹ ਤੋਂ ਲੈ ਵੀ ਜਾਂਦੇ ਅਤੇ ਉਹ ਫਿਰਦੇ ਆ ਉਹਨੂੰ ਦੱਸਿਆ ਵੀ ਮੋਰਾ ਕਬੂਤਰ ਫਿਰਦੇ ਆ ਦੇਣੇ ਤਾਂ ਹੈ ਨਹੀਂ ਪਰ ਘਰੇ ਫਿਰਦੇ ਆ
ਵੀ ਹੋਰ ਵੀ ਕਿਸੇ ਦਾ ਆ ਗਿਆ ਕਿੱਡੇ ਵੀ ਲਿੰਕ ਵਾਲੇ ਦਾ ਆ ਗਿਆ ਜਾਂ ਆਪਾਂ ਕਿਸੇ ਕੋਲੇ ਲੈਣ ਜਾ ਵੜੇ ਯਾਰ ਇੰਨੀ ਕੁ ਤਕਦੀਰ ਆਪਣੀ ਚੰਗੀ ਸੀਗੀ ਹਰੇਕ ਬੰਦੇ ਨੇ ਆਪਾਂ ਨੂੰ ਗੇਮ ਬਾਰੇ ਜਿੰਨਾ ਕੁ ਨੂੰ ਆਉਂਦਾ ਸੀ ਉਹ ਦੱਸਿਆ ਅਤੇ ਕਬੂਤਰ ਜੀ ਤੋਂ ਜਿਹੜਾ ਮੰਗ ਲਿਆ ਆਪਾਂ ਨੂੰ ਉਹੀ ਮਿਲਿਆ ਸਮੇਂ ਦੇ ਨਾਲ ਆਪਾਂ ਚੱਕੇ ਵੀ ਦੁੱਖ ਬਾਜੀਆਂ ਤੋਂ ਆਏ ਫੜ ਵੀ ਲਏ ਕੋਈ ਉਦੋਂ ਜਿਹੜਾ ਹੁਣ ਪੋਣ ਛਾਣ ਹੁੰਦੀ ਸੀ ਹੁਣ ਤਾਂ 10 ਮਿੰਟਾਂ ਬਾਅਦ ਫੋਨ 'ਤੇ ਪਤਾ ਲੱਗਦਾ ਵੀ ਤੇਰਾ ਫਲਾਣੇ ਥਾਂ ਜਾ ਵੜਿਆ ਜਾਂ ਮੇਰਾ ਇੱਥੋਂ ਚਲਾ ਜਾਂਦਾ ਅਤੇ ਫੋਨ ਹੋ ਜਾਂਦਾ ਵੀ ਯਾਰ ਇਹਦੇ ਅੱਜ ਉਹ ਜੇ ਉੱਠ ਕੇ ਪੁੱਛ ਲਓ ਉਦੋਂ ਤਾਂ ਜਾਂ ਕੁਛ ਹੈ ਹੀ ਨਹੀਂ ਸੀਗਾ ਕਬੂਤਰ ਲੱਭ ਜਾਂਦੇ ਸੀਗੇ ਉਹਨਾਂ ਸਮਿਆਂ ਦੇ ਵਿੱਚ ਚੰਗੇ ਲੋਕ ਸੀ ਸਾਰੇ ਹੁਣ ਵੀ ਬੜੇ ਚੰਗੇ ਆ ਕੋਈ ਦਿੱਕਤ ਨਹੀਂ ਪਰ ਹੁਣ ਥੋੜ੍ਹੀ ਜਿਹੀ ਲਾਲਸਨਾ ਵੱਧ ਗਈ ਆ ਕੁਛ ਵਿਕਣ ਵੁਕਣ ਲੱਗ ਪਏ ਉਹਨਾਂ ਚੀਜ਼ਾਂ ਨੇ ਕੰਮ ਗਲਤ ਕਰਾ ਤੇ ਕੁਛ ਵਿੱਚੋਂ ਈਰਖਾ ਵੱਧ ਗਈ ਉਦੋਂ ਪ੍ਰੇਮ ਜ਼ਿਆਦਾ ਸੀ ਹੁਣ ਨਾਲੋਂ ਅੱਛਾ ਜੀ ਸ਼ਰਮ ਮੰਨਦੇ ਸੀਗੇ ਹੁਣ ਨਵੇਂ ਜਵਾਕ ਨਿਆਣੇ ਆ ਹੁਣ ਕੋਈ ਪਤਾ ਨਹੀਂ ਲੱਗਦਾ ਗਾ ਕਿ ਕਿਹੜਾ ਹੁਣ ਇੱਥੇ ਫਿਰਦੇ ਇੱਥੇ ਮੈਂ ਦੋ ਕਿਸੇ ਦੇ ਲਿਆ ਕੇ ਤਾੜੀ ਬੈਠਾ ਵਾ ਕਿਹੜਾ ਮੈਂ ਕਦੇ ਵੀ ਗਾਂਤਾ ਫੜੀ ਬੈਠਾ ਜਾਂ ਨਹੀਂ ਫੜੀ ਬੈਠਾ ਗਾ ਉਹ ਤਾਂ ਮੇਰੀ ਇਮਾਨਦਾਰੀ ਵੀ ਮੈਂ ਦੱਸ ਦਿਆਂ ਵੀ ਤੇਰਾ ਕਬੂਤਰ ਆ ਗਿਆ ਲੈ ਜਾ ਜੇ ਨਹੀਂ ਤਾਂ ਬਸ ਠੀਕ ਆ ਅੱਛਾ ਬਾਈ ਜਦੋਂ ਤੁਸੀਂ ਕਬੂਤਰ ਚੋਰੀ ਕੀਤੇ ਫਿਰ ਤੁਸੀਂ ਕਹਿ ਰਹੇ ਹੋ ਦੱਸ ਦਿੰਦੇ ਸੀ ਅਸੀਂ ਹੈ ਨਾ ਉਦੋਂ ਬਾਅਦ ਉਹਨਾਂ ਦਾ ਕੀ ਰਵੱਈਆ ਹੁੰਦਾ ਸੀ ਉਦੋਂ ਮਤਲਬ ਕੋਈ ਲੜਾਈ ਝੜਪ ਜਾਂ ਗੁੱਸਾ ਗੁੱਸਾ ਨਹੀਂ ਸੀ ਕੋਈ ਲੜਾਈ ਝਗੜਾ ਨਹੀਂ ਸੀ ਤਕਰੀਬਨ ਜਿੰਨਾ ਕਬੂਤਰ ਆਪਣੇ ਕੋਲ ਆਏ 5-7 ਬੰਦਿਆਂ ਦੇ ਉਹਨਾਂ ਨੇ ਇਹ ਕਹਿ ਕੇ ਦੇ ਦਿੱਤਾ ਚੱਲ ਯਾਰ ਵੀ ਠੀਕ ਆ ਯਾਰ ਤੂੰ ਰੱਖ ਲਾ ਤੂੰ ਵੀ ਚੱਲ ਕਿਸੇ ਟਾਈਮ ਸਾਡੇ ਬਰਾਬਰ ਦਾ ਹੋ ਜਾਏਗਾ ਇਹ ਕਹਿ ਕੇ ਸਾਰ ਲਿਆ ਸਾਰਿਆਂ ਨੇ ਜਾਂ ਹਾਂ ਬੱਚੇ ਕਢਾ ਕੇ ਵੀ ਆਪਾਂ ਮੋੜ ਤੇ ਕਿਸੇ ਨੂੰ ਕਹਿਤਾ ਵੀ ਚੱਲ ਯਾਰ ਹਾਂ ਬਾਈ ਦੋ ਆਂਡੇ ਤਾਂ ਲਵਾ ਲੈਂਦੇ ਦੋ ਕਰਦਿਆਂ ਕਰਦਿਆਂ 4 ਕਰ ਲਏ ਹਨਾ ਮੈਂ ਤਾਂ ਤਰਲਾ ਕਰ ਲਿਆ ਅਗਲੇ ਦੇ ਨੇੜੇ ਹੋ ਗਏ ਉਹ ਉਹਦੇ ਅਕਲ ਜਾਂ ਦਿਲ ਜਾਂਦੇ ਤੋਂ ਉਹਦੇ ਨਾਲ ਹੋਰ ਰਾਬਤਾ ਕਰ ਲਈਦਾ ਸੀ ਦੋ ਹੋਰ ਵੀ ਲੈ ਆਈਦੇ ਸੀਗੇ ਇੱਕ ਮੋੜਦਿਆਂ ਮੋੜਦਿਆਂ 2000 ਹੋਰ ਵੀ ਲਿਆਈਦੇ ਸੀ ਅਸੀਂ ਕਬੂਤਰ ਬਣ ਗਏ ਬਾਈ ਅੱਛਾ ਪਹਿਲੀ ਬਾਜੀ ਫਿਰ ਕਾਂਤਾ ਕਦੋਂ ਜਿੱਤਦਾ ਪਹਿਲੀ ਬਾਜੀ ਯਾਰ ਮੇਰੇ ਹਿਸਾਬ ਨਾਲ ਉਦੋਂ ਹੋਊਗਾ ਕੋਈ ਆਹ 88-99-90 ਇੱਥੇ ਕੁ ਜੀ ਮੇਰੇ ਹੁਣ ਪ੍ਰੋਪਰ ਕਿੰਨੇ ਪੈਸੇ ਸੀ ਉਦੇ ਸਾਨੂੰ ਆਇਆ ਜੀ 75-75 ਸੌ ਰੁਪਈਆ ਤਿੰਨ ਕਬੂਤਰ ਉੱਡੇ ਨਾਲ ਦੇ ਪਿੰਡ ਹੀ ਉੱਡੇ ਮੇਰੇ ਬਾਈ ਸਾਈ ਕਾ ਨੇ ਕਬੂਤਰ ਮੇਰਾ ਸਾਂਭ ਕੇ ਛੱਡਿਆ ਰੇਸ਼ਮ ਦੇ ਘਰੋਂ ਆਈ ਕਬੂਤਰੀ ਉਹ ਮਾਂ ਪਿਓ ਦਾ ਰੇਸ਼ਮ ਤੋਂ ਡਿਆਈ ਮੈਂ ਕੋਟ ਸੁਖੀ ਹਾਂ ਖੱਟੀਆਂ ਅੱਖਾਂ ਦੀ ਕਬੂਤਰੀ ਸੀ ਉਹ 5 ਵਜੇ ਬਾਜੀ ਜਿੱਤ ਕੇ ਰਾਤ ਨੂੰ ਮੇਰੀ ਉੱਤੇ ਹੀ ਰਹਿ ਗਈ ਸੀ ਬੈਠੀ ਨਹੀਂ ਸੀ ਉਹਦੇ ਬਾਜੀ ਹੋਈ ਹਰਾਜਾਂ ਵਾਲਿਆਂ ਨਾਲ ਅਤੇ ਰੁੰਮੀ ਵਾਲਿਆਂ ਨਾਲ ਜਾਣੀ ਉਹ ਆਏ ਸੀ ਵੀ ਯਾਰ ਜਵਾਕ ਦੇ ਘਰੋਂ ਛੱਡੀ ਬਾਈ ਨੂੰ ਵੀ ਯਾਰ ਇਹ ਕੀ ਪਤਾ ਕਿਹੜੀ ਉੱਡੂਗੀ ਕਿਹੜੀ ਨਹੀਂ ਉੱਡੂਗੀ ਵੀ ਜਾਣੀ ਉਹਨਾਂ ਹਾਲਾਤਾਂ ਦੇ ਵਿੱਚ ਉਹ ਚੰਗੀ ਸੀ ਅਤੇ ਚੰਗੀ ਉੱਡੀ ਉਹ ਪਹਿਲੀ ਸਟਾਰਟਿੰਗ ਬਾਜੀ ਮੈਂ ਪਿੰਡ ਭਾਲਥਰੇ ਤੋਂ ਕੀਤੀ ਪਹਿਲੀ ਵਾਰ ਜਿੱਤੀ ਹਾਂ ਪਹਿਲੀ ਵਾਰ ਜ਼ਿੰਦਗੀ ਦੀ ਪਹਿਲੀ ਵਾਰ ਜਿੱਤੂ ਵਿਨਰ ਹਾਂ ਤੁਸੀਂ ਹਾਂ ਜਿੱਥੋਂ ਵਿਨਰ ਉੱਥੋਂ ਤਕਰੀਬਨ ਕੁਛ ਪਿੰਡ ਮੇਰੇ ਇਹੋ ਜਿਹੇ ਵੀ ਜਿੱਥੋਂ ਮੈਂ ਪੱਕਾ ਹੀ ਵਿਨਰ ਹਾਂ ਲੱਕਾ ਉੱਥੋਂ ਮੈਂ ਜਿੱਤੀ ਲੈਂਦਾ ਜੰਡਾਲਾ ਹੈ ਭਾਗਥਲਾ ਹੈ ਘਮਿਆਰਾ ਹੈ ਹੋਰ ਬੜੇ ਪਿੰਡ ਆ ਜਿੱਥੋਂ ਜਿਹੜੇ ਜਾਵੜੇ ਦਾ ਬਾਬੇ ਦੀ ਕਿਰਪਾ ਨਾ 6-7 ਸਾਲ ਬੰਬੀਹੇ ਹੋ ਗਏ ਆ 7 ਸਾਲਾਂ 'ਚ ਜਿੰਨੀਆਂ ਬਾਜੀਆਂ ਛੱਡੀਆਂ ਸਾਰੀਆਂ ਬੰਬੀਹੋ ਜਿੱਤਣੀਆਂ ਵੀ ਹੋਰ ਵੀ ਬੜੇ ਹਰੇਕ ਪਿੰਡ ਤੋਂ ਸੰਯੋਗ ਮਿਲਿਆ ਪਬਲਿਕ ਦਾ ਸੰਯੋਗ ਮਿਲਿਆ ਖਿਡਾਰੀ ਵੀਰਾਂ ਦਾ ਆਮ ਪਿੰਡ ਵਾਲਿਆਂ ਲੋਕਾਂ ਦਾ ਬੜਾ ਸੰਯੋਗ ਮਿਲਿਆ ਬੜੇ ਧੰਨਵਾਦ ਕਰਦੇ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਕਿ ਮੈਨੂੰ ਇੱਥੋਂ ਤੀਕਰ ਪਹੁੰਚਣ 'ਚ ਹਰੇਕ ਬੰਦੇ ਨੇ ਮਦਦ ਦਿੱਤੀ ਬਾਈ ਅੱਛਾ ਜੀ ਪਰਮਾਤਮਾ ਦੀ ਕਿਰਪਾ ਨਾਲ ਜਿਹਦੇ ਨਾਲ ਵੀ ਮੈਂ ਜੁੜਿਆ ਮੈਨੂੰ ਉਹਨੇ ਵਧੀਆ ਹੀ ਰਿਹਾ ਮੇਰੇ ਨਾਲ ਸਾਰੇ ਵਿੱਚੋਂ ਕੁਛ ਖਰਾਬੇ ਵੀ ਕਰ ਗਏ ਕੋਈ ਕਬੂਤਰ ਲੈ ਕੇ ਭੱਜ ਗਿਆ ਕੋਈ ਕੁਛ ਨਹੀਂ ਹੋਇਆ ਮੈਂ ਹੁਣ ਆਪਦੇ ਆਪ ਨੂੰ ਇੱਕ ਉਹ ਸਮੁੰਦਰ ਸਮਝਣ ਲੱਗ ਪਿਆ ਵੀ ਜੇ ਇਹਦੇ 'ਚੋਂ ਕੋਈ ਬਾਲਟੀਆਂ ਭਰ ਲਈ ਜਾਵੇ ਤਾਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਗੇਮ ਦੀ ਥਾਂ 'ਤੇ ਗੇਮ ਆ ਗਈ ਕਬੂਤਰਾਂ ਦੀ ਥਾਂ 'ਤੇ ਕਬੂਤਰ ਆ ਗਏ ਆ ਵੀ ਅੱਗੇ ਹੁੰਦਾ ਸੀ ਜੋ ਕਬੂਤਰ ਲੈ ਕੇ ਉਹਨੂੰ ਗਾਲ ਕੱਢਾਂਗੇ ਉਹਦਾ ਲੜਾਂਗੇ ਆਖੀ ਦਾ ਯਾਰ ਜੇ ਕਬੂਤਰ ਪਿੱਛੇ ਬੰਦਾ ਛੱਡ ਕੇ ਭੱਜ ਗਿਆ ਦੂਜਾ ਚੰਗਾ ਆਪਣੇ ਲਈ ਹੋਰ ਕੀ ਹੋ ਸਕਦਾ ਵੀ ਇਹ ਦੋ ਕਬੂਤਰਾਂ ਪਿੱਛੇ ਭੱਜ ਗਿਆ ਕਬੂਤਰ ਘਰੋਂ ਚਲੇ ਜਾਂਦੇ ਆ ਇਹ ਸੀਜ਼ਨ 'ਚ ਮੇਰੇ 60-57-62 ਕਬੂਤਰ ਗੇੜਿਆਂ ਵਾਲੇ ਦਿਨ ਛੱਡੇ ਗਏ ਵੀ ਅੱਜ ਮੈਂ ਗੇੜਿਆਂ ਨੂੰ ਛੱਡਤਾ ਵੀ ਆ ਬਾਜੀ ਫਲਾਣੇ ਥਾਂ ਛੱਡੂੰਗਾ ਉਹਦੇ ਆਇਆ ਨਹੀਂ ਕਰੇ ਉਹ ਵੀ ਜਰੇ ਹੀ ਆ ਸੀਜ਼ਨ ਦੇ ਵਿੱਚੋਂ ਜਾਣੀ ਬਾਜੀਆਂ ਘੱਟ ਜਿੱਤੇ ਜਾਂ ਗੇੜਿਆਂ ਵਾਲੇ ਦਿਨ ਕਬੂਤਰ ਆ ਕੇ ਬਹਿ ਗਏ ਉਹਨੇ ਆ ਕੇ ਬਿਮਾਰ ਹੋ ਹੀ ਜਾਣਾ ਮਤਲਬ ਕਿੱਦਾਂ ਜੀ ਵੀ ਜੋ ਕੋਈ ਪੋਟਾ ਰੋਕ ਗਿਆ ਜਿੱਦੇ ਗੇੜਿਆਂ ਨੂੰ ਛੱਡਿਆ ਜਿੱਦੇ ਗੇੜਿਆਂ ਨੂੰ ਕਬੂਤਰ ਜਿਹੜਾ ਵੀ ਛੱਡਿਆ ਵੀ ਇੱਕ ਵੀ ਕਬੂਤਰ ਮੈਂ ਇਹੋ ਜਿਹਾ ਬਾਜੀ ਨਹੀਂ ਛੱਡਿਆ ਵੀ ਇਹਨਾਂ ਮਿਟਾ ਕੇ ਛੱਡਦਾ ਵੀ ਆਹ ਮੈਂ ਫਲਾਣੇ ਥਾਂ ਛੱਡਣਾ ਅੱਜ ਅਤੇ ਪਹਿਲਾ ਜਾਣ ਸੀ ਵੀ ਜਦੋਂ ਕਿ ਮੈਂ ਪਹਿਲੇ ਸਾਲ ਐਤਕੀ ਜੋ ਕਲੱਬ ਬਣਿਆ ਵੀ ਕਲੱਬਾਂ ਦੇ ਵਿੱਚੋਂ ਮੇਰੇ ਤੋਂ ਬਾਜੀਆਂ ਨਹੀਂ ਜਿੱਤੀਆਂ ਗਈਆਂ ਨਹੀਂ ਤਾਂ ਹਰੇਕ ਸਾਲ ਹੀ ਚਾਹੇ ਮੈਂ ਕਿਸੇ ਨਾਲ ਸਾਂਝੀ ਕਰ ਗਿਆ ਇੱਠ ਹਫ਼ਤਾ ਕਰਕੇ ਰੁਪਈਏ ਲਈ ਲਏ ਆ ਉਹ ਕਾਰਨ ਕੀ ਤੁਹਾਨੂੰ ਕੀ ਲੱਗਦਾ ਮਤਲਬ ਵੀ ਕਾਰਨ ਵੀ ਜਿਵੇਂ ਕਈ ਬੰਦੇ ਜਿਹੜੇ 75 ਛੱਡ ਕੇ ਨਾ ਓਪਨ ਖੇਡਾਂ ਉੱਥੋਂ ਜਿੱਤੇ ਨਹੀਂ ਕਿ ਥੱਲੇ ਤਕੜੇ ਹੁੰਦੇ ਉਹ ਕੀ ਲੱਗਦਾ ਤੁਸੀਂ ਕਲੱਬਾਂ ਦੀ ਬਾਜੀ ਉਹ ਰੀਜ਼ਨ ਕੀ ਲੱਗਦਾ ਮੈਨੂੰ ਰੀਜ਼ਨ ਇਹੀ ਲੱਗਦਾ ਵੀ ਜਿਹੜੇ ਕਬੂਤਰਾਂ ਵਾਲੀ ਮੇਰੀ ਗੇਮ ਆ ਸਾਰੀ ਮੇਲਾ ਤੰਦਰੁਸਤੀ ਦਾ ਚੰਗੇ ਕਬੂਤਰ ਘਰੋਂ ਚਲੇ ਜਾਂਦੇ ਸੀਗੇ ਜਿਹੜੇ ਬਹਿੰਦੇ ਸੀ ਉਹ ਆ ਕੇ ਬਿਮਾਰ ਹੋ ਜਾਂਦੇ ਸੀਗੇ ਵੱਲ ਤਾਂ ਕੋਈ ਵੀ ਨਹੀਂ ਭੁੱਲ ਗਿਆ ਸੀਗਾ ਵੀ ਬਹੁਤ ਬੰਦੇ ਮੇਥੋਂ ਸੀਨੀਅਰ ਪਲੇਅਰ ਸੀ ਜਿਨ੍ਹਾਂ ਨੂੰ ਸਿਆਲ ਸਾਲ ਸਾਰਾ ਮੈਨੂੰ ਹਰਾਉਣ ਵਾਸਤੇ ਹੀ ਤਕੜੇ ਕੀਤਾ ਹੈ ਜਿਵੇਂ ਪੁੱਟੋ ਨੂੰ ਬੜੇ ਬੰਦਿਆਂ ਨੇ ਤਕੜਾ ਕੀਤਾ ਸੀ ਪੁੱਟੋ ਤਕੜਾ ਆਇਆ ਤੈਨੂੰ ਕਾਂਤੇ ਨਾਲ ਹੀ ਬਾਜੀ ਵੰਡਣ ਦੇ ਨਹੀਂ ਉਹ ਵਿਚਾਰਾ ਐਤਕੀ ਦੁਪਹਿਰਾ ਹੁਣੀ ਕੱਟਿਆਗਾ ਪਹਿਲਾਂ ਹੀ ਹਰਦਾ ਰਿਹਾ ਉਹ ਕਿਹੜਾ ਗੇਮ ਭੁੱਲ ਗਿਆ ਜਾਂ ਕਬੂਤਰ ਮਾੜੇ ਹੋ ਗਏ ਸਮੇਂ ਨਾਲ ਆ ਸਮੇਂ ਦੀ ਚਾਲ ਜਦੋਂ ਤੁਹਾਡੇ ਹੱਕ 'ਚ ਨਹੀਂ ਗੀ ਉਦੋਂ ਤੁਸੀਂ ਕੁਛ ਨਹੀਂ ਕਰ ਸਕਦੇ
ਨਹੀਂ ਅੱਗੇ ਸਟਾਰਟਿੰਗ 'ਚ ਦੂਸਰਾ ਹੁੰਦੀਆਂ ਮੈਂ ਮੰਨ ਕੇ ਚਲੋ ਚੇਤ ਤੋਂ ਲੈ ਕੇ 20 ਵਿਸਾਖ ਤੀਕਰ 2-3 ਲੱਖ ਰੁਪਈਏ 4 ਲੱਖ 'ਚ ਵੜ ਜਾਂਦਾ ਅਤੇ ਐਤਕੀ ਦੂਸਰਾ 'ਚ ਰੁਪਈਆ ਹੀ ਸਾਰਾ ਮੈਂ 1.5-2 ਲੱਖ ਲਿਆ ਉਹ ਵੀ ਇੱਕ ਪਹਿਲੀ ਬਾਜੀ ਬੰਬੀਹੋਂ ਉਹਦੇ ਹਿੱਸਾ ਗਾ ਸਾਨੂੰ ਵੱਧੋ ਵੱਧ ਤੁਹਾਡਾ ਲੱਕੀ ਪੁਆਇੰਟ ਹੈ ਲੱਕੀ ਪੁਆਇੰਟ ਹਾਂ ਉਹਦੇ ਲੱਕੀ ਕਬੂਤਰ ਜੇਤੂ ਮੰਨੋ ਨਾ ਕੋਈ ਜਿੱਤੀ ਜਾਣੀ ਹੁੰਦੀ ਉਹ ਨਹੀਂ ਜਿੱਤੀ ਜਾਣੀ ਹੁੰਦੀ ਉਹ ਵੀ ਪਰਮਾਤਮਾ ਦੀ ਕਿਰਪਾ ਨਾਲ ਹੀ ਆ ਜੇ ਮੈਂ ਆਖਾਂ ਵੀ ਮੈਂ ਇਕੱਲਾ ਮੈਂ ਕੁਛ ਨਹੀਂ ਕਰ ਸਕਦਾ ਹਰੇਕ ਸਾਲ ਵਹਿਦੀ ਉਹ ਬਣ ਜਾਂਦੀ ਹੈ ਪਿਛਲੇ ਸਾਲ ਸਾਡੇ ਆਪਦੇ ਕਬੂਤਰ ਕੋਈ ਵੀ ਨਹੀਂ ਉੱਪੜਿਆ ਅਤੇ ਉਹ ਸੰਦੀਪ ਕੇ ਕਬੂਤਰ ਫੜਾ ਗਏ ਉਹਦੇ 'ਚੋਂ 50,000 ਰੁਪਈਆ ਆ ਗਿਆ ਵਿਧ ਬਣਦੀ ਆ ਸਾਰੀ ਫੇਰੀ ਬਾਜੀ ਜਿੱਤੀ ਜਾਂਦੀ ਹੈ ਵੈਸੇ ਨਹੀਂ ਜਦੋਂ ਤੁਸੀਂ ਸ਼ੁਰੂ 'ਚ ਕਬੂਤਰ ਰੱਖੇ ਫਿਰ ਘਰਦਿਆਂ ਦਾ ਥੋੜ੍ਹਾ ਬੜਾ ਸਹਿਯੋਗ ਰਿਹਾ ਮੈਨੂੰ ਲੱਗਦਾ ਹੈ ਨਾ ਜਦੋਂ ਤੱਕ ਅਤੇ ਉਹ ਜਦੋਂ ਤੁਸੀਂ ਪਰਵਰਿਸ਼ ਕਰਦੇ ਸੀ ਹੈ ਨਾ ਤੁਸੀਂ ਮਤਲਬ ਵੀ ਕਈ ਵਾਰੀ ਕਹਿੰਦੇ ਹੁੰਦੇ ਵੀ ਬਦਾਮ ਬੰਦਾ ਆਪ ਨਹੀਂ ਖਾਂਦਾ ਕਬੂਤਰਾਂ ਨੂੰ ਖਵਾਉਂਦਾ ਇਹ ਇਹ ਗੱਲਾਂ ਦੀ ਕੁਛ ਕੋਈ ਇਸ ਤਰ੍ਹਾਂ ਦੀ ਗੱਲ ਤੁਹਾਡੀ ਦੇਖੋ ਜੀ ਪਹਿਲਾਂ ਘਰਦਿਆਂ ਦਾ ਸੰਯੋਗ ਸੀਗਾ ਘਰਦਿਆਂ ਦੀ ਕਬੂਤਰ ਰੱਖੇ ਸੀ ਉਹ ਜਿਵੇਂ ਜਿਵੇਂ ਮੈਂ ਵੱਡਾ ਹੁੰਦਾ ਗਿਆ ਅਤੇ ਘਰਦਿਆਂ ਦੀ ਉਹ ਚਾਹਣਾ ਘੱਟਦੀ ਗਈ ਪੜ੍ਹਾਉਣ ਵਾਲੇ ਪਾਸੇ ਹੁੰਦਾ ਹੈਗੇ ਵੀ ਪੜ੍ਹਾ ਲਈਏ ਕੋਈ ਸੌ ਹੁੰਦਾ ਹੀ ਆ ਹਰੇਕ ਮਾਂ ਪਿਓ ਦਾ ਸੁਪਨਾ ਹੁੰਦਾ ਵੀ ਅਸੀਂ ਇਹਨੂੰ ਐਂ ਕੋਈ ਕਹਿੰਦਾ ਡਾਕਟਰ ਬਣਾਵਾਂਗੇ ਕੋਈ ਮਾਸਟਰ ਬਣਾਵਾਂਗੇ ਹੈ ਨਾ ਨਿੱਕਾ ਮੋਟਾ ਕੋਈ ਹਰੇਕ ਮਾਂ ਪਿਓ ਦਾ ਸੁਪਨਾ ਹੁੰਦਾ ਹੈ ਤੁਹਾਡੇ ਮਾਂ ਪਿਓ ਤੁਹਾਨੂੰ ਕੀ ਬਣਾਉਣਾ ਚਾਹੁੰਦੇ ਸੀ ਬਾਪੂ ਹਰੀ ਮੇਰੇ ਬਾਪੂ ਹਰੀ ਤਾਂ ਜੀ ਉਹ ਅਨਪੜ੍ਹ ਬੰਦੇ ਸੀ ਉਹਨਾਂ ਨੇ ਕੋਈ ਤਰੱਕੀ ਬਾਰੇ ਸੋਚਿਆ ਹੀ ਨਹੀਂ ਸੀਗਾ ਉਹ ਤਾਂ ਇੱਕ ਬਸ ਆਮ ਇਨਸਾਨ ਸੀ ਇੱਕ ਜਨਮ ਦੇਤਾ ਸੀਗਾ ਅਤੇ ਛੱਡਤਾ ਸੀਗਾ ਵੀ ਬਸ ਉਹਨੇ ਇੱਦੂ ਬਾਅਦ ਤੋਂ ਤੁਰਿਆ ਫਿਰ ਠੀਕ ਹੈ ਜੋ ਬਣਨਾ ਬਣ ਜਾ ਜੋ ਕਰਨਾ ਕਰ ਲਾ ਅਤੇ ਕਬੂਤਰਾਂ ਤੋਂ ਰੋਕਣ ਲੱਗ ਪਏ ਸੀ ਬਾਅਦ ਦੇ ਵਿੱਚ ਵੀ ਨਹੀਂ ਇਹ ਗਲਤ ਕੰਮ ਆ ਜੀ ਤੂੰ ਬਾਜੀਆਂ ਨਾ ਛੱਡ ਤੂੰ ਐਂ ਨਾ ਕਰ ਮੈਂ ਕਿਹਾ ਵੀ ਹੁਣ ਤਾਂ ਜਿਹੜਾ ਕੋਕੇ ਜੜੇ ਗਏ ਫਿਰ ਉਹ ਗੱਲ ਉੱਥੇ ਹੀ ਫਿਰ ਆ ਜਾਂਦੀ ਜਿਵੇਂ ਤੁਸੀਂ ਕਈ ਉਹਦੀ ਬੰਦਿਆਂ ਦੀ ਹੁੰਦੀ ਹੈ ਘਰੋਂ ਬਾਗੀ ਹੋਣ ਵਾਲੀ ਗੱਲ ਬਣ ਗਈ ਫਿਰ ਬੱਸ 'ਤੇ ਲੱਗ ਗਿਆ 8-10 ਸਾਲ ਬੱਸ ਤੋਂ ਪੈਸੇ ਕਮਾ ਕੇ ਬਾਜੀਆਂ ਛੱਡੀਆਂ ਬੱਸ 'ਤੇ ਬਸ ਕਿਵੇਂ ਬੱਸ 'ਤੇ ਕਨੈਕਟਰੀ ਕਰ ਲਾ ਪਿਆ ਮੁੰਡਾ ਮੇਰਾ ਦੋਸਤ ਸੀਗਾ ਉਹਨੇ ਜਿੱਦੇ ਪਿੰਡ ਜਾਣਾ ਹੁੰਦਾ ਸੀ ਸ਼ਾਮ ਨੂੰ ਮੈਨੂੰ ਕਹਿੰਦੇ ਟਿਕਟਾਂ ਕੱਟ ਕੇ ਕਰਕੇ ਮੈਂ ਸ਼ਹਿਰ ਪੜ੍ਹਦਾ ਜੀ ਫਰੀਦਕੋਟ ਅਕੈਡਮੀ ਉਹ ਮਿੱਡੂ ਮਾਨ ਤੋਂ ਅੱਜ ਵੀ ਮੇਰੀ 30 ਸਾਲਾਂ ਦੀ ਲਿਆਜ ਉਹਦੇ ਨਾਲ ਕਰਤੇ ਆਈ ਨਾ ਉਹਨੇ ਜਦੋਂ ਵੀ ਪਿੰਡ ਜਾਣਾ ਹੁੰਦਾ ਸੀ ਤਾਂ ਸ਼ਾਮ ਨੂੰ ਮੈਨੂੰ ਫੜਾ ਜਾਂਦੇ ਝੋਲਾ ਚੜ੍ਹ ਯਾਰ ਤੂੰ ਤੜਕੇ ਟਿਕਟਾਂ ਕੱਟ ਕੇ ਲਈ ਉੱਥੋਂ ਮੈਨੂੰ ਚਸਕਾ ਪੈ ਗਿਆ ਮੈਂ ਯਾਰ ਕਿੰਨੇ ਕੁ ਪੈਸੇ ਦਿੰਦੇ ਆ ਉਹ ਮੈਨੂੰ ਕਹਿੰਦਾ ਯਾਰ 200 ਰੁਪਇਆ ਦੇ ਦਿੰਦੇ ਆ ਮੈਂ ਕਿਹਾ ਚੱਲ ਯਾਰ ਹੁਣ ਆਪਾਂ ਪੜ੍ਹਾਈ ਪੜੂਈ ਦਾ ਬਾਹਰ ਟੂਆ 'ਤੇ ਲੈਣਾ ਸੀ ਕਬੂਤਰਾਂ 'ਤੇ ਪੈਸੇ ਬਣਾਇਆ ਕਰਾਂਗੇ ਅਤੇ ਮੈਂ ਉੱਧਰਲੇ ਪਾਸੇ ਹੋ ਗਿਆ ਵੇਖੋ ਮੇਰੇ ਨਾਂ 5-4 ਹੋ ਗਏ ਪਹਿਲਾਂ ਨਾਂ ਘਰਦਿਆਂ ਦਾ ਹੋਰ ਰੱਖਿਆ ਪਿਆ ਸੀ ਜਿਹੜੇ ਸਾਡੇ ਮੈਡਮ 5ਵੀਂ ਦੇ ਵਿੱਚ ਟੀਚਰ ਸੀ ਉਹ ਵੀ ਸਾਡੇ ਆਪਦੇ ਪਰਿਵਾਰਕ ਵਾਲੇ ਸੀਗੇ ਉਹਨਾਂ ਨੇ ਮੇਰਾ ਨਾਂ ਬਦਲ ਕੇ ਹੋਰ ਕਰਤਾ ਉਹ 3-4 ਨਾਂ ਬਣ ਗਏ ਪਰ ਜਿਹੜਾ 10ਵੀਂ ਆ ਉੱਥੇ ਕੁਲਵੰਤ ਦੂਜਾ ਹੈਗਾ ਮੈਂ ਜਗਪ੍ਰੀਤ ਤੇ ਪਲੱਸ 2 ਦੇ ਵਿੱਚ ਗਾਂ ਜਾ ਕੇ ਕੁਲਵੰਤ ਸਿੰਘ ਹੋ ਗਿਆ ਨੌਕਰੀ ਤੁਹਾਨੂੰ ਫਿਰ ਕਿਸ ਹਿਸਾਬ ਨਾਲ ਨਹੀਂ ਸੀ ਮਿਲਣੀ ਉਹ ਮੈਨੂੰ ਤਾਂ ਛੱਡ ਬਾਹਰ ਮੈਂ ਬਾਹਰ ਫਿਰਦਾ ਰਹੇਗਾ ਇੰਨਾ ਸ਼ੁਕਰ ਕਰੋ 2 ਨਾਂ ਵਾਲਾ ਇੱਕ ਬੰਦਾ ਇਸ ਮੁਲਕ 'ਚ ਤਾਂ ਹੀ ਨਹੀਂ ਛੱਡਦੀ ਗੌਰਮੈਂਟ ਉਹ ਤਾਂ ਜਾਨੀ ਬਾਅਦ ਦੇ ਵਿੱਚ ਹੁਣ ਮੈਂ ਆਪਦਾ ਰਿਕਾਰਡ ਉਦੋਂ ਉਮਰ ਉਹ ਜੀ ਸੀ ਸੋਹਣੀ ਸੀ ਕਾਫੀ ਦੀ ਅਤੇ ਉਹ ਰਿਕਾਰਡ ਸਾਰਾ ਹੁਣ ਇੱਕ ਕੀਤਾ ਗਾ ਬੱਚਿਆਂ ਵਾਸਤੇ ਤਾਂ ਮੈਂ ਕਿਹਾ ਇਹਨਾਂ ਦਾ ਤਾਂ ਕੁਛ ਬਣ ਜੇ ਆਪ ਤਾਂ ਚੱਲ ਜਿਹੜੇ ਧੱਕੇ ਖਾਣੇ ਸੀ ਖਾ ਲਏ ਕਿ ਬਈ ਕਬੂਤਰਬਾਜ਼ੀ ਨਹੀਂ ਦਿੱਤਾ ਜੋ ਦਿੱਤਾ ਜਿੱਥੋਂ ਤੀਕਰ ਪਹੁੰਚੇ ਬੜਾ ਕੁਛ ਜੇ ਕਬੂਤਰਬਾਜ਼ੀ ਕੰਤਾ ਨਾ ਕਰਦਾ ਹੁੰਦਾ ਤਾਂ ਫਿਰ ਉਹਦਾ ਅੱਜ ਦੇ ਹਾਲਾਤ ਕੀ ਹੋਣੇ ਸੀ ਮਾੜੇ ਹੀ ਹੋਣੇ ਸੀ ਮੇਰੇ ਨਿਗਾਹ 'ਚ ਤਾਂ ਕੀ ਹੋਣਾ ਸੀ ਕੀ ਕਰਨਾ ਹੋਣਾ ਸੀ ਉਹਨੇ ਵੀ ਦੇਖੋ ਕੁਛ ਨਾ ਕੁਛ ਤਾਂ ਕਰਦੇ ਇਸ ਢਿੱਡ ਦਾ ਭਰ ਕੀ ਪੈਂਦੇ ਕੋਈ ਬਾਈ ਕਰਦੇ ਜਾਂ ਕੋਈ ਬਿਜ਼ਨਸ ਕਰਦੇ ਸਾਈਡ 'ਤੇ ਜਾਂ ਕੋਈ ਹੋਰ ਠੱਗੀ ਧੋਖਾ ਚਲਾਉਂਦੇ ਕਿਸੇ ਹਿਸਾਬ ਕਿਤਾਬ ਨਾ ਰੋਟੀ ਜੋਗਾ ਤਾਂ ਕਰਨਾ ਪੈਣਾ ਸੀਗਾ ਅਤੇ ਵੀ ਪਰ ਮੈਨੂੰ ਐਂ ਲੱਗਦਾ ਵੀ ਕਬੂਤਰਬਾਜ਼ੀ ਨੇ ਮੈਨੂੰ ਜ਼ਿਆਦਾ ਸਾਥ ਦਿੱਤਾ ਜੇ ਅੱਜ ਲਿੰਕ ਬਣੇ ਆ ਹਰੇਕ ਪਿੰਡ ਦੇ ਵਿੱਚ ਬੋਲਚਾਲ ਆ ਮੁਲਕ ਦੇ ਲੋਕ ਜਾਣਦੇ ਆ ਅਤੇ ਇਕੱਲੇ ਕਬੂਤਰਾਂ ਕਰਕੇ ਕਿਉਂਕਿ ਹੋਰ ਤਾਂ ਆਪਣਾ ਕੋਈ ਬੜਾ ਵੱਡਾ ਤਾਂ ਬਿਜ਼ਨਸ ਤਾਂ ਹੈ ਨਹੀਂ ਵੀ ਜਾਂ ਆਪਾਂ ਮਰੂਤੀ ਸਯੂਕੀ ਵਾਲੇ ਹੈ ਨਾ ਮਾਲਕਾਂ ਵੀ ਆਪਾਂ ਨੂੰ ਤਾਂ ਜਾਣਦੇ ਵੀ ਇਹਨਾਂ ਦੇ ਤਾਂ ਬਾਈ ਸ਼ੋਰੂਮ ਆ ਗੱਡੀਆਂ ਵੇਚਦੇ ਆ ਇਕੱਲੇ ਕਬੂਤਰਾਂ ਕਰਕੇ ਆ ਬਾਈ ਅੱਛਾ ਭਾਅ ਜੀ ਜਿਹੜੇ ਕਬੂਤਰਬਾਜ਼ਾਂ ਨੂੰ ਮਤਲਬ ਵੀ ਕਈ ਵਾਰੀ ਕਹਿੰਦੇ ਵੀ ਇਹਨਾਂ ਨੂੰ ਬੁਰਾ ਸਮਝ ਜਾਂਦਾ ਸਾਡੇ ਪੰਜਾਬ ਦੇ ਵਿੱਚ ਹੈ ਨਾ ਵੀ ਯਾਰ ਕਬੂਤਰ ਛੱਡੀ ਫਿਰਦਾ ਇੱਦਾਂ ਕਰੀ ਜਾਂਦਾ ਹੈ ਨਾ ਜਿਹੜੇ ਬੰਦੇ ਸਾਡੇ ਸਾਊ ਪਰਿਵਾਰ ਕਹਿੰਦੇ ਜਿੰਨੇ ਜਿਹਨੂੰ ਹੈ ਨਾ ਅਤੇ ਉਹ ਫਿਰ ਰਿਸ਼ਤਿਆਂ ਦੀ ਜਿਹੜੀ ਗੱਲ ਹੁੰਦੀ ਆ ਵੀ ਸਾਨੂੰ ਰਿਸ਼ਤਾ ਫਿਰ ਦਿੱਕਤ ਨਹੀਂ ਆਈ ਕੋਈ ਰਿਸ਼ਤਾ ਹੋਏ ਦਿੱਕਤ ਤਾਂ ਆਉਂਦੀ ਆ ਜੀ ਕਬੂਤਰਬਾਜ਼ ਨੂੰ ਆਉਂਦੀ ਆਉਂਦੀ ਆ ਥੋੜ੍ਹੀ ਖੁੱਲ੍ਹ ਕੇ ਦੱਸਿਆ ਜੀ ਵੀ ਕਿਵੇਂ ਜੀ ਦਿੱਕਤ ਆਈ ਚਲੋ ਮੁੰਡਾ ਜਵਾਨ ਹੋ ਗਿਆ ਸਾਡਾ ਕੰਤਾ ਬਾਈ ਘਰਦਿਆਂ ਦੀ ਸੋਚ ਸੀ ਵੀ ਮੁੰਡੇ ਨੂੰ ਵਿਆਹ ਲਈਏ ਤੇ ਸ਼ਾਇਦ ਕਬੂਤਰਾਂ ਤੋਂ ਹੀ ਪਾਸੇ ਹੋ ਜੇ ਉਹ ਨਾਲ ਦੇ ਪਿੰਡ ਦੇ ਆਏ ਉਹ ਕਹਿੰਦੇ ਵੀ ਤੁਸੀਂ ਕਬੂਤਰਬਾਜ਼ੀ ਬੰਦ ਕਰ ਦੇ ਤੂੰ ਤੇ ਦੂਜਾ ਨੰਬਰ ਇਹ ਵੀ ਤੂੰ ਸਾਡੇ ਪਿੰਡ ਨਹੀਂ ਆਉਣਾ ਜਿੰਨਾ ਚਿਰ ਤੇਰਾ ਵਿਆਹ ਨਹੀਂ ਹੁੰਦਾ ਕਿਉਂਕਿ ਮੇਰੇ ਉਹ ਨਾਲ ਪਿੰਡ ਸੀ 2-3 ਕਿਲੋਮੀਟਰ 3 ਭੋਲੂ ਵਾਲਾ ਉੱਥੋਂ ਹੀ ਆਏ ਸੀ ਤੇ ਕਬੂਤਰ ਮੇਰੇ ਰੋਜ਼ ਨੂੰ ਹੀ ਜਾ ਵੜਦੇ ਸੀ ਖੇਤ 'ਚ ਹੀ ਬੈਠੇ ਸੀ ਉਹ ਮੈਨੂੰ ਦੇਖਦੇ ਰਹਿੰਦੇ ਵੀ ਸਾਈਕਲ ਲੈ ਕੇ ਆਉਂਦੀ ਆ ਗਿਆ ਇੱਕ ਭਾ ਕੇ ਲੈ ਗਿਆ 2 ਲੈ ਗਿਆ ਮੈਂ ਕਿਹਾ ਵੀ ਚਾਹ ਪਾਣੀ ਪੀ ਲਿਆ ਸਰਦਾਰ ਜੀ ਤੁਸੀਂ ਜਾਓ ਤੁਹਾਡੇ ਨਾਲ ਮੇਰੀ ਰਿਸ਼ਤੇਦਾਰੀ ਨਹੀਂ ਬਣ ਸਕਦੀ ਕਿਉਂਕਿ ਮੇਰੇ ਤਾਂ ਘੰਟੇ ਨੂੰ ਆ ਗਏ ਮੈਂ ਤਾਂ ਘੰਟੇ ਨੂੰ ਹੀ ਆ ਜਾਣਾ
ਵਾਲੀ ਇੰਨਾ ਸੀ ਸ਼ੌਂਕ ਹੀ ਇੰਨਾ ਹੁਣ ਵੀ ਕੋਈ ਕਬੂਤਰ ਤਾਂ ਮੈਨੂੰ ਕਿਤੇ ਦੱਸ ਪੈ ਜਾਵੇ ਤੇ ਤਕਰੀਬਨ ਆਪਣਾ ਕੋਈ ਰੱਖਦਾ ਨੀਗਾ ਪਤਾ ਲੱਗ ਜੇ ਤਾਂ ਉਦੋਂ ਤਾਂ ਜਿਹੜੀ ਸੀ ਬਾਹਲਾ ਉਮਰ ਦੇ ਹਿਸਾਬ ਨਾਲ ਸੋਚ ਜਾਣ ਲੱਗੇ ਵੀ ਸੋਚੀਦਾ ਵੀ ਯਾਰ ਅਗਲਾ ਮਾੜਾ ਨਾ ਬੋਲੇ ਕੋਈ ਪਤਾ ਨੀ ਕਰਦਾ ਕੀ ਕਹੂਗਾ ਉਦੋਂ ਨੀ ਅੱਛਾ ਉਦੋਂ ਬਾਅਦ ਫਿਰ ਜਦੋਂ ਰਿਸ਼ਤੇ ਟੁੱਟਦੇ ਨੇ ਉਦੋਂ ਤੁਹਾਡੇ ਹਨਾ ਉਹ ਤੇ ਉਹ ਬਣੇ ਨਹੀਂ ਬਸ ਟੁੱਟਣਾ ਉਹਦਾ ਕੀ ਸੀ ਉਹਦੇ ਨਾਲ ਦੀ ਨਾਲ ਹੀ ਤੋੜਤਾ ਖੜੇ ਪੈਰੀ ਅੱਛਾ ਜੀ ਉਹਨਾਂ ਨੇ ਚਾਹ ਪਾਣੀ ਪੀ ਲਿਆ ਮੈਂ ਕਿਹਾ ਜੀ ਤੁਸੀਂ ਜਾਓ ਤੁਹਾਡੇ ਨਾਲ ਤਾਂ ਆਪਣੀ ਸਤਿ ਸ਼੍ਰੀ ਅਕਾਲ ਤੇ ਨਾ ਦੁਬਾਰਾ ਆਪਾਂ ਨੂੰ ਸਿਫਾਰਸ਼ ਕਿਸੇ ਦੀ ਕਰਾਇਓ ਜੀ ਵੀ ਰਿਸ਼ਤਾ ਲੈਣਾ ਜੀ ਸਿਸਟਮ ਸੀ ਅੱਛਾ ਉਸ ਤੋਂ ਬਾਅਦ ਫਿਰ ਦੂਸਰਾ ਰਿਸ਼ਤਾ ਦੂਸਰਾ ਰਿਸ਼ਤਾ ਤਾਂ ਜੀ ਫਿਰ ਸਾਡੀ ਰਿਸ਼ਤੇਦਾਰੀ 'ਚੋਂ ਹੀ ਸੀ ਅਤੇ ਇਹ ਹਰਿਆਣੇ 'ਚ ਮੇਰੇ ਸਹੁਰੇ ਆ ਵੱਡੇ ਕੁੜੇ ਉਹ ਤਾਂ ਫਿਰ ਸਾਡਾ ਘਰ ਦਾ ਹੀ ਕੰਮ ਸੀ ਉਹਨਾਂ ਨੂੰ ਤਾਂ ਪਤਾ ਹੀ ਸੀ ਕਰਤੂਤਾਂ ਦਾ ਵੀ ਇਹ ਜਿਹਾ ਉਹਨਾਂ ਨੇ ਕਰਤਾ ਵਾ ਠੀਕ ਚਲੀ ਪੱਠਾ ਸੀਗਾ ਅੱਠ ਕਿਲੇ ਪੈਲੀ ਸੀਗੀ ਚਾਹੇ ਪੈਲੀ ਨੂੰ ਹੋ ਗਿਆ ਲਾ ਲਓ ਅਤੇ ਚਾਹੇ ਮੈਨੂੰ ਹੋ ਗਿਆ ਲਾ ਲਓ ਜਾਂ ਕੋਈ ਕਰਮਾਂ ਨੂੰ ਹੋ ਗਿਆ ਲਾ ਲਓ ਉਹ ਸਿਸਟਮ ਬਣ ਗਿਆ ਅੱਛਾ ਬਈ ਇੱਕ ਨਾ ਮੈਂ ਭਲਵਾਨਾਂ ਦੇ ਵਿੱਚ ਬੜੀ ਨਿਮਰਤਾ ਵੇਖੀ ਹੈ ਇੱਕ ਮੈਂ ਕਬੂਤਰ ਬਾਜ਼ਾਂ ਦੇ ਵਿੱਚ ਬੜੀ ਨਿਮਰਤਾ ਵੇਖੀ ਹੈ ਅਤੇ ਇਹਦਾ ਰੀਜ਼ਨ ਕੀ ਲੱਗਦਾ ਤੁਹਾਨੂੰ ਰੀਜ਼ਨ ਦੇਖੋ ਜੀ ਜਦੋਂ ਬੰਦਾ ਬੰਦਿਆਂ 'ਚ ਜਾਣ ਲੱਗ ਪੈਂਦਾ ਹੈ ਦੁਨੀਆਦਾਰੀ ਦਾ ਭੇਤ ਆਉਣਾ ਸ਼ੁਰੂ ਹੋ ਜਾਂਦਾ ਇੱਕ ਰੋਜ਼ ਭਲਵਾਨਾਂ ਨੇ ਵੀ ਹਰ ਰੋਜ਼ ਨਵੇਂ ਪਿੰਡ ਜਾਣਾ ਨਵੀਂ ਸੰਗਤ ਦੇ ਵਿੱਚ ਜੁੜਨਾ ਅਤੇ ਕੂਟਣ ਵਾਲੇ ਨੇ ਵੀ ਰੋਜ਼ ਨਵੇਂ ਪਿੰਡ ਜਾਣਾ ਨਿਮਰਤਾ ਆਏ ਹੁਣ ਜੇ ਕਿਸੇ ਦੇ ਕੋਠੇ 'ਤੇ ਬਹਿ ਕੇ ਅਗਲੇ ਦੇ ਘਰ ਜਾਣਾ ਹੈ ਬੁੜੀਆਂ ਕੁੜੀਆਂ ਇਕੱਲੀਆਂ ਤਾਂ ਇਕੱਲੀਆਂ ਕਿਸੇ ਨੂੰ ਬੀਬੀ ਭੈਣ ਕਹਿ ਕੇ ਅਗਲੇ ਦੇ ਘਰ ਵੜ ਜਾ ਤਾਂ ਵੜਨਾ ਸੌਖਾ ਹੈ ਅਤੇ ਜੇ ਜਵਾਨ ਹੀ ਮਾੜੀ ਹੋਈ ਤਾਂ ਬਈ ਕੋਠੇ 'ਤੇ ਕੌਣ ਚੜ੍ਹਨ ਦੇਊਗਾ ਇਹਨਾਂ ਚੀਜ਼ਾਂ ਦਾ ਫਰਕ ਆ ਅੱਛਾ ਮਤਲਬ ਉੱਥੇ ਕੋਠਿਆਂ ਨੇ ਚੜ੍ਹ ਚੜ੍ਹ ਕੇ ਕਬੂਤਰ ਫੜਨੇ ਇਹ ਹੁਣ ਕਿੰਨੇ ਕਬੂਤਰ ਤੁਹਾਡੇ ਕੋਲ ਇੱਥੇ ਕਬੂਤਰ ਤਾਂ ਜੀ ਇੱਥੇ ਵੀ ਮੇਰੇ ਹਿਸਾਬ ਨਾਲ ਸਾਡੇ ਕੋਲ ਕੋਈ 400 ਦਾ ਗਿਣ ਫਿਰਦਾ ਹੋਊਗਾ ਤਿੰਨ ਸਾਢੇ 3-400 ਇਹ ਤਾਂ ਮੇਰੇ ਦੋਸਤ ਦਾ ਘਰ ਆ ਅਮਰਜੀਤ ਦਾ ਅੱਛਾ ਜੀ ਹਾਂ ਪਿੰਡ ਚੰਡਿਆਣਾ ਆਪਣਾ ਪਿੰਡ ਆਪਦਾ ਤੇ ਪੱਖੀ ਕਲਾ ਇਹਦੇ ਆਪਣਾ ਦੋਸਤ ਆ ਮੁੰਡਾ ਇਹਦੀ ਇੱਥੇ ਹੁਣ ਜੁਗਾੜ ਕਰ ਲਿਆ ਸਾਰਾ ਇੱਥੇ ਕਬੂਤਰ ਉਡਾਵਾਂਗੇ ਜਿਹੜੇ 4 ਸਾਲ ਕੰਮ ਚੱਲਿਆ ਤਾਂ ਕਿਉਂਕਿ ਉੱਥੇ ਤਾਂ ਆਪਣਾ ਖੇਤ 'ਚ ਆ ਉੱਥੋਂ ਕੰਮ ਚੱਲਦਾ ਨੀਗਾ ਅਤੇ ਇਹਦੇ ਨਾਲ ਆਪਣੀ ਅਟੈਚਮੈਂਟ ਚੰਗੀ ਆ ਵਧੀਆ ਇਹ ਸੌਖਾ ਜ਼ਿਆਦਾ ਆ ਆਪਾਂ ਨੂੰ ਬਾਬੇ ਦੀ ਕਿਰਪਾ ਨਾਲ ਵੱਧ ਜ਼ਿਆਦਾ ਆ ਜਿੰਨਾ ਕੁ ਹੈਗਾ ਬਹੁਤ ਆ ਅਤੇ ਸਾਡਾ ਦੋਵਾਂ ਦਾ ਨਵਾਬ ਪਰਮਾਤਮਾ ਸੱਚੇ ਪਾਤਸ਼ਾਹ ਮਿਹਰ ਕਰੇ ਤਾਂ ਹੋ ਹੀ ਜਾਊਗਾ ਇੱਕ ਭਾਈ ਮਤਲਬ ਇੱਥੇ ਹੀਟ ਬਹੁਤ ਆ ਹੈ ਨਾ ਉੱਥੇ ਤੁਸੀਂ ਪੱਖਾ ਚੱਲੀ ਜਾਂਦੇ ਸੀ ਅਤੇ ਇਹ ਵੀ ਕੋਈ ਚੱਕਰ ਹੀਟ ਤਾਂ ਸਾਡੀ ਮੁਸ਼ਕਿਲ ਹੁਣ ਇਹੀ ਆਈ ਜਾਂਦੀ ਹੈ ਜੀ ਅਸੀਂ ਹੁਣ ਖੁੱਡੇ ਬਾਹਰ ਬਣਾਈ ਜਾਂਦੇ ਹਾਂ ਮਿਸਤਰੀ ਲੱਗਿਆ ਹੋਇਆ ਤੁਸੀਂ ਦੇਖੀ ਜਾਂਦੇ ਇਹ ਤਾਂ ਹੁਣ ਇੱਥੇ ਕਮਰੇ ਦੇ ਵਿੱਚ ਹੀ ਆ ਇੱਥੇ ਹੀਟ ਜ਼ਿਆਦਾ ਹੈ ਅਤੇ ਹੀਟ ਦਾ ਇਹਨਾਂ ਨੂੰ ਨੁਕਸਾਨ ਹੈਗਾ ਆ ਅੱਛਾ ਜੀ ਪਰ ਮੈਨੂੰ ਲੱਗਦਾ ਹੀਟ ਜੇ ਮੇਰਾ ਮੰਨਣਾ ਵੈਸੇ ਮੈਨੂੰ ਪਤਾ ਨਹੀਂ ਕਬੂਤਰ ਬਾਜੀ ਮੈਨੂੰ ਹੀਟ ਤੁਹਾਨੂੰ ਜ਼ਿਆਦਾ ਦਿਨ 'ਚ ਬੈਨੀਫਿਟ ਨਹੀਂ ਕਿਉਂਕਿ ਧੁੱਪੇ ਉੱਪਰ ਉਡਾਉਂਦਾ ਨਹੀਂ ਕੋਈ ਕਹਿੰਦਾ ਸਿਸਟਮ ਜਿਹੜੀ ਆਹ ਹੀਟ ਬੈਠੇ ਨੂੰ ਹੀਟ ਲੱਗਣੀ ਇਹ ਮਾੜੀ ਆ ਧੁੱਪ ਤਾਂ ਜਿੰਨੀ ਮਰਜ਼ੀ ਹੋਵੇ ਝੱਲ ਜਾਂਦੇ ਆ ਜਿਹੜੇ ਛਤਰੀ 'ਤੇ ਬੈਠ ਕੇ ਧੁੱਪੇ ਮੱਚ ਜਾਣਾ ਅਤੇ ਜਾਂ ਜਿਵੇਂ ਹੁਣ ਸਾਡੇ ਆ ਜਾਲੀਆਂ 'ਚ ਹੀ ਤਾਲੇ ਪਿਆ 2 ਮਹੀਨੇ ਹੋ ਗਏ ਸਾਡਾ ਕੰਮ ਚੱਲੀ ਜਾਂਦਾ ਇਹਨੂੰ ਪਹਿਲਾਂ ਕੁੜੇ ਟਾਈ ਟੂਏ ਫਿਰ ਮਿਸਤਰੀ ਨਹੀਂ ਮਿਲੇ ਮਿਸਤਰੀ ਮਿਲੇ ਉਹਨਾਂ ਨੇ ਹੁਣ ਬਣਾਏ ਆ ਹੁਣ ਉਹ ਗਿੱਲੇ ਆ ਜੇ ਛੱਡਣ ਜੋਗੇ ਨੀਗੇ ਇਹ ਜਾਲੀਆਂ ਜੂਲੀਆਂ 'ਚ ਫਿਰਦੇ ਅੱਛਾ ਚਾਲੀਆਂ ਜੁਲੀਆਂ 'ਚ ਫਿਰਦੇ ਕਰਕੇ ਹੀ ਕੁਛ ਬਾਜ਼ੀਆਂ ਕੀ ਘੱਟ ਉੱਡੇ ਸਾਡੇ ਕਬੂਤਰ ਕਿਉਂਕਿ ਜਗ੍ਹਾ ਇੱਕ ਕਬੂਤਰ ਨੂੰ 1 ਫੁੱਟ ਜਗ੍ਹਾ ਚਾਹੀਦੀ ਅਤੇ 1.5 ਫੁੱਟ 1.5 ਫੁੱਟ ਦਾ ਰੱਖਣਾ ਇਹਦੇ 'ਚ 15-15 ਤਾੜੇ ਹੁੰਦੇ ਸੀਗੇ ਇਹਨਾਂ ਜਾਲੀਆਂ ਦੀਆਂ ਭਰੀਆਂ ਹੁੰਦੀਆਂ ਹੁਣ ਤਾਂ ਕਬੂਤਰ ਹੀ ਘਟਾ ਦੇ ਜਾਣੀ ਬਾਜ਼ੀਆਂ 2-3 ਹੀ ਰਹਿ ਗਈਆਂ ਸਾਡੀਆਂ ਹੁਣ ਇੱਕ ਕਬੂਤਰ ਇੱਥੇ ਇਹਨਾਂ ਵਾਲੀ ਆ ਸਾਰੇ ਸਾਡੇ ਜਿਹੜੇ ਹੁਣ ਦੁਸਰ ਵਾਲੀ ਕਬੂਤਰ ਉਹ ਤਾਂ ਜੇ ਪਿੰਡ ਹੀ ਫਿਰਦੇ ਉਹ ਲੈ ਕੇ ਆਵਾਂਗੇ ਹੁਣ ਵੀ ਦੁਸਰ ਮਤਲਬ ਕੀ ਚੀਜ਼ ਦੁਸਰ ਵਾਲਾ ਵੀ ਜਿਵੇਂ ਹੁਣ 2-3 ਦਿਨ ਕਬੂਤਰ ਉੱਡਦਾ 1-3 ਦਿਨ ਵੀ ਉੱਡ ਜਾਂਦਾ 4 ਦਿਨ ਵੀ ਉੱਡ ਜਾਂਦਾ ਲਗਾਤਾਰ ਹਾਂ ਲਗਾਤਾਰ ਵੀ ਉਹ ਸ਼ਾਮ ਨੂੰ ਬਿਠਾ ਲਿਆ ਜਿਵੇਂ ਆਪਾਂ ਸੁਬਾਹ ਛੱਡ ਦਿੰਦੇ ਹਾਂ ਸ਼ਾਮ ਨੂੰ ਲਾ ਲੈਂਦੇ ਹਾਂ ਅਗਲੇ ਦਿਨ ਉਹਨੂੰ ਫੇਰ ਛੱਡਦੇ ਹਾਂ ਦੁਸਰ ਵਾਲਾ ਬਣ ਜਾਂਦਾ ਹੈ ਯਾਨੀ ਉਹ ਵੀ ਬਾਬੇ ਦੀ ਕਿਰਪਾ ਵੀ ਆਪਣਾ ਵਧੀਆ ਟਾਈਮ ਪਾਸ ਕਰਾਉਂਦੇ ਆ ਵਧੀਆ ਬਾਜ਼ੀਆਂ ਜਿੱਤ ਲਈ ਨੇ ਵੱਡੇ ਤੋਂ ਵੱਡਾ ਕਿਹੜਾ ਕਬੂਤਰ ਹੈ ਦੂਸਰ ਤੀਸਰ ਚੌਸਰ ਇੱਦਾਂ ਦਾ ਮਤਲਬ ਵੀ ਲਗਾਤਾਰ ਵੀ ਜਾਨੀ ਵੱਧ ਤੋਂ ਵੱਧ ਤਾਂ ਸਰਦਾਰ ਜਸਵੀਰ ਦੇ ਉੱਡ ਗਏ 6 ਦਿਨ ਉੱਡ ਗਏ ਆਪਾਂ ਰੋਜ਼ ਲਗਾਤਾਰ ਹਾਂ ਅਤੇ 4 ਦਿਨ ਬਾਈ ਜੀਤੇ ਚੱਲਣ ਵਾਲ ਕੇ ਵੀ ਉੱਡ ਗਏ ਹੋਰ ਕਈ ਖਿਡਾਰੀਆਂ ਦੇ 4 ਦਿਨ ਉੱਡ ਗਏ ਚੌਸਰ ਦੇ ਜੰਡੀ ਦੇ ਕਬੂਤਰ ਉੱਡ ਗਏ ਆਪਾਂ ਜਾਨੀ ਤੀਸਰ ਤਿੱਕਰੀ ਬਾਜ਼ੀਆਂ ਵਿਨਰ ਕੀਤੀਆਂ ਜਿਹੜੀਆਂ ਕੀਤੀਆਂ ਇਹਨੂੰ ਫਿਰ ਸਟੈਮਿਨਾ ਬਾਈ ਜੀ ਵਧਾਉਣ ਵਾਸਤੇ ਫਿਰ ਕੀ ਕਰਨਾ ਪੈਂਦਾ ਦੇਖੋ ਜੀ ਜਿਵੇਂ ਪਹਿਲੇ ਤਾਂ ਦੂਸਰ ਤੇ ਗਿਆ ਸਾਡੇ ਕੋਲੇ ਤਾਂ ਸਾਰੀਆਂ ਦੇਸੀ ਦਵਾਈਆਂ ਜੀ ਦੇਸੀ ਗੋਲੀਆਂ ਸਾਰੀਆਂ ਹੀ ਦਿੰਦੇ ਆ ਉਹ ਜਮੀਰ ਸਿੰਘ ਸੀ ਦੇਸੂ ਦੇ ਜਿਨ੍ਹਾਂ ਨਾਲ ਮੈਂ ਸਰਦੀ ਸ਼ਗਿਰਦੀ ਕੀਤੀ ਡੱਬਵਾਲੀ ਦੇ ਨਾਲ ਦੇਸੂ ਪਿੰਡ ਆ ਉਹਨਾਂ ਨਾਲ ਉਹਨਾਂ ਦੇ ਉਹ ਗੋਲੀਆਂ ਜਿਹੜੀਆਂ ਸਾਰੀਆਂ ਉਹਦੇ ਵਿੱਚ ਕੋਈ ਨਸ਼ਾ ਨਹੀਂ ਗਿਆ ਕੋਈ ਵੀ ਸਾਰੀਆਂ ਭਸਮਾਂ ਉਹਦੇ ਵਿੱਚ ਜਾਂ ਠੰਡੀਆਂ ਜਿਹੜੀਆਂ ਆਮ ਆਪਣੀਆਂ ਪਾਣੀ ਵਾਲੀਆਂ ਚੀਜ਼ਾਂ ਸਾਰੀਆਂ ਉਹ ਹੀ ਜਾਂ ਅਰਕ ਆ ਅਤੇ ਉਹਦੇ 'ਚ ਉਹਦੇ ਨਾਲ ਹੀ ਸਾਡੇ ਦਾ ਸਟੈਮਿਨਾ ਵੱਧ ਬਣਦਾ ਬਾਕੀ ਕੁਛ ਤਜਰਬਾ ਵੱਧ ਸੀਗਾ ਕਿਉਂਕਿ ਪੁੰਨੂ ਭੁੱਲਰ ਸਾਡੇ ਰਿਸ਼ਤੇਦਾਰ ਸੀਗੇ ਉਹਨਾਂ ਦਾ ਵੀ ਵਿੱਚ ਕੁਛ ਸਮਾਨ ਮਾੜਾ ਮੋਟਾ ਸੀ ਪਾਲਿਆ ਸੀਗਾ ਉਹ ਬਾਈ ਕੋਲੇ ਤਜਰਬਾ ਬਾਈ ਸਾਈ ਕੋਲੇ ਸਾਰਾ ਹੀ ਉਹਨਾਂ ਦਾ ਸੀਗਾ ਅਤੇ ਬਾਈ ਨਾਲ ਮੈਂ 15-16 ਸਾਲ ਕਬੂਤਰਬਾਜ਼ੀ ਕੀਤੀ ਉੱਥੋਂ ਸਾਰਾ ਕੁਛ ਸਿੱਖ ਗਿਆ
ਜਾਣੀ ਬਾਬੇ ਅਜਮੇਰ ਸਿੰਘ ਤੋਂ ਤਾਂ ਮੈਂ ਇਕੱਲਾ ਸਮਾਨ ਲਿਖ ਕੇ ਲਿਆ ਗੋਲੀਆਂ ਬਣਾ ਲਈਆਂ ਅਤੇ ਜਿਹੜਾ ਗੋੜ ਸੀ ਮੈਨੂੰ ਜੰਟੀ ਜਿਉਣ ਦਾ ਜਿਹੜਾ ਨਾਨਾ ਸੀ ਬਲਵੀਰ ਸਿੰਘ ਰੋਹਨ ਇਹ ਬਾਬੇ ਕਿਹਦੇ ਦਾ ਚੇਲਾ ਸੀਗਾ ਇਹ ਬਾਬੇ ਕਿਹਦੇ ਕੋਲ ਆਉਂਦਾ ਜਾਂਦਾ ਸੀ ਉਹ ਮੈਨੂੰ ਗੁੜ ਦੱਸ ਗਿਆ ਸੀ ਉਹ ਰੱਬ ਨੂੰ ਪਤਾ ਜਾਂ ਬਲਵੀਰ ਸਿੰਘ ਨੂੰ ਪਤਾ ਵੀ ਉਹ ਬਾਬੇ ਕਿਹਦੇ ਵਾਲਾ ਸੀ ਜਾਂ ਹੋਰ ਸੀ ਜਾਣੀ ਮੇਰੇ ਉਹ ਬੜਾ ਬੈਨੀਫਿਟ ਦਿੱਤਾ ਉਹਨੇ ਮੈਨੂੰ ਬੜਾ ਫਿੱਟ ਆਇਆ ਵੀ ਮੈਂ 90 ਦੂਸਰਾ ਜਿੱਤੀ ਲੈਂਦਾ ਜੀ ਓਕੇ ਜੇ ਮੈਂ 100 ਦੂਸਰਾ ਛੱਡਦਾ ਤਾਂ 100 ਚੋਂ 5-7 ਕੁ ਤਾਂ ਮੇਰੇ ਬਹਿ ਕੇ ਹਟ ਜਾਂਦੇ ਆ 2-3 ਵਿੱਚੋਂ ਚਲੇ ਜਾਂਦੇ ਆ ਜਾਂ ਜਿਵੇਂ ਮੌਸਮ ਦੇ ਹਿਸਾਬ ਨਾਲ ਕੋਈ ਬਾਜ਼ ਬਹਿਰੀ ਲੈ ਗਈ ਕੋਈ ਲਗੜ ਲੈ ਗਿਆ ਕੁਛ ਹੋ ਗਿਆ ਤਕਰੀਬਨ ਉੱਡ ਹੀ ਜਾਂਦੇ ਆ ਸਾਰੇ ਕਦੇ ਬਈ ਇੱਦਾਂ ਹੋਇਆ ਵੀ ਮਤਲਬ ਤੁਹਾਡਾ ਕਬੂਤਰ ਉੱਡ ਰਿਹਾ ਹੋਵੇ ਹੈ ਨਾ ਹਾਂਜੀ ਅਤੇ ਜਿੱਤਣ ਤੱਕ ਕਰਾਰ 'ਚ ਉਹਨੂੰ ਲਗੜ ਪੈ ਗਿਆ ਹਾਂ ਹੋ ਜਾਂਦਾ ਜੀ ਅਤੇ ਫਿਰ ਉਦੋਂ ਫਿਰ ਕੀ ਕਰਦੇ ਨੇ ਕਿਉਂਕਿ ਉਹ ਤਾਂ ਇੱਕ ਹਾਦਸਾ ਵਾਪਰਿਆ ਫਿਰ ਤੁਹਾਡਾ ਹਾਦਸਾ ਵਾਪਰਿਆ ਜੀ ਦੇਖੋ ਉਹਦੇ 'ਚ ਜਿਵੇਂ ਹੁਣ ਟੀਮ ਵਾਲੀ ਸਾਡੀ ਬਾਜੀ ਚੱਲਦੀ ਸੀਗੀ ਅਤੇ ਉੱਤਰ ਆਪਣੇ ਨੂੰ ਲੈ ਗਿਆ ਲਗੜ ਫੜ ਕੇ ਮੈਨੂੰ ਸਾਰੇ ਕਹਿੰਦੇ ਵੀ ਤੇਰੀ ਮੁੱਢ ਮੋੜ ਦਿੰਦੇ 1,000 ਰੁਪਇਆ ਐਂਟਰੀ ਮੋੜ ਦਿੰਦੇ ਹਾਂ ਤੀਜੇ ਦਿਨ ਕਬੂਤਰ ਲਏਗਾ ਮੈਂ ਕਿਹਾ ਯਾਰ ਵੀ ਨਹੀਂ ਮੈਂ 1,000 ਨਹੀਂ ਬਣਾਉਂਦਾ ਮੇਰੇ ਕਰਮਾਂ 'ਚ ਹੈ ਸੀ ਮੇਰੀ ਹਾਰ ਸੀਗੀ ਉਹ ਇਸ ਹਿਸਾਬ ਨਾਲ ਹਾਰ ਬਣ ਗਈ ਜੇ ਮੈਂ ਅੱਜ 1,000 ਰੁਪਇਆ ਬਣਾ ਕੇ ਜਾਊਂ ਬਾਈ ਟਵਾਣੇ ਨੇ ਬਹੁਤ ਕਿਹਾ ਨਹੀਂ ਗਾਏ ਨਾ ਕਰ ਕਹਿੰਦੇ ਤੇਰਾ ਹੀ ਪੈਸੇ ਮੋੜਦੇ ਮੈਂ ਨਹੀਂ ਟਵਾਣੇ ਬਾਈ ਤੁਸੀਂ ਮੈਂ ਤੋਂ ਸੀਨੀਅਰ ਪਲੇਅਰ ਅੱਜ ਮੇਰਾ ਮੋੜਦੇ ਹੋ ਕੱਲ੍ਹ ਨੂੰ ਕੋਈ ਹੋਰ ਆ ਜਾਊਗਾ ਜਿਵੇਂ ਹੁਣ ਕਈ ਦਿੱਕਤਾਂ ਆਉਂਦੀਆਂ ਕਈ ਕਹਿੰਦੇ ਸਾਡਾ ਤਾਂ ਰਾਤ ਕਬੂਤਰ ਹੀ ਨਹੀਂ ਸੈੱਟ ਸੀਗਾ ਅਸੀਂ ਤਾਂ ਦੂਸਰ ਨਹੀਂ ਛੱਡਦੇ ਮੈਂ ਕਿਹਾ ਵੀ ਨਵਾਂ ਕੰਮ ਆ ਜਾਓ ਜਿਹੜਾ ਹੈਗਾ ਮੈਂ ਹਰ ਗਿਆ ਮੇਰੀ ਹਾਰ ਸੀ ਮੇਰਾ ਬਹਿ ਕੇ ਹਰ ਜਾਂਦਾ ਮੈਂ ਫਿਰ ਵੀ ਚੜਦਾ ਜੇ ਰਾਤ ਹੀ ਨਾ ਬੈਠਦਾ ਦੂਜੇ ਦਿਨ ਪਹਿਲੇ ਦਿਨ ਨਾ ਬੈਠਦਾ ਜਾਂ ਦੂਜੇ ਦਿਨ ਨਾ ਬੈਠਦਾ ਫਿਰ ਨਹੀਂ ਠੀਕ ਹੁੰਦਾ ਸੀਗਾ ਕਿਉਂਕਿ ਆਪਾਂ ਰੋਜ਼ ਬਾਜ਼ੀ ਛੱਡਣ ਵਾਲੇ ਬੰਦੇ ਆਪਾਂ ਨਵਾਂ ਕਾਨੂੰਨ ਨਹੀਂ ਬਣਾ ਸਕਦੇ ਗੇ ਜੋ ਚੱਲਿਆ ਆ ਉਸੇ ਨੂੰ ਸਹੀ ਰੱਖੋ ਉਦੋਂ ਫਿਰ ਮਨ ਕਿਵੇਂ ਤੁਹਾਡਾ ਮਨ ਤਾਂ ਯਾਰ ਬਾਈ ਇਸ ਤਰ੍ਹਾਂ ਹੁੰਦਾ ਵੀ ਉਦੋਂ ਤਾਂ ਬਾਹਲਾ ਦੁਖੀ ਹੁੰਦਾ ਊਂ ਹਰ ਕੇ ਜੀ ਮਨ ਦੁਖੀ ਹੁੰਦਾ ਜਦੋਂ ਕੋਈ ਕਿਸੇ ਵੀ ਖਿਡਾਰੀ ਦਾ ਚੱਲੀ ਜਾਂਦਾ ਕੰਮ ਆ ਮੇਰਾ ਇਕੱਲੇ ਦਾ ਨਹੀਂ ਵੀ ਚੱਲੀ ਜਾਂਦੇ ਕੰਮ ਦੇ ਵਿੱਚ ਪੱਕੀ ਫਸਲ ਤਬਾਹ ਹੋ ਜੇ ਮੰਨ ਕੇ ਚਲੋ ਕਿੱਥੇ ਮੈਨੂੰ ਇਹ ਸੀ ਵੀ ਮੈਂ ਯਾਰ ਅੱਜ ਇਹਨਾਂ ਨਾਲ ਅੜੂੰਗਾ ਚਾਹੇ ਕਬੂਤਰ ਸਾਡੇ ਆਪਦੇ ਲਿੰਕ ਵਾਲੇ ਹੀ ਆ ਆਪਣਾ ਤਾਂ ਹਰੇਕ ਬੰਦੇ ਨਾਲ ਲਿੰਕ ਆ ਹਰੇਕ ਦਾ ਆਪਾਂ ਦਿਲੋਂ ਪਿਆਰ ਸਤਿਕਾਰ ਕਰਦੇ ਹਾਂ ਕਿਸੇ ਬੰਦੇ ਨੂੰ ਆਪਾਂ ਮਾੜਾ ਨਹੀਂ ਬੋਲ ਕੇ ਰਾਜੀ ਜੇ ਕੋਈ ਕਿਤੇ ਹੋ ਵੀ ਜਾਂਦੀ ਉਹਨੇ ਕੀ ਤਾਂ ਵੀ ਕਹੀਦਾ ਯਾਰ ਉਹਦੀ ਮਿਹਨਤ ਹੀ ਕਰੀ ਜੀ ਆਪਣੇ ਬਾਈ ਯਾਰ ਵੀ ਆਏ ਨਹੀਂ ਆਏ ਸੀ ਅਤੇ ਮੂਰੂ ਅਗਲਾ ਵੀ ਠੰਡੇ ਮਾਤੇ ਨਹੀਂ ਚੱਲਦਾ ਜੇ ਕੋਈ ਮਾੜਾ ਵੀ ਕਰਦਾ ਨਾ ਉਹਨੂੰ ਵੀ ਪਿਆਰ ਨਾਲ ਬੋਲੀਦਾ ਖੁਰਾ ਕੇ ਗੱਲ ਕਰੀਦੀ ਆ ਅਤੇ ਵਧੀਆ ਢੰਗ ਨਾਲ ਲੋਕਾਂ ਤੋਂ ਆਪਾਂ ਨੂੰ ਵਧੀਆ ਇੱਜ਼ਤ ਮਿਲਦੀ ਆ ਉਦੋਂ ਤਾਂ ਫਿਰ ਇਹ ਹੋ ਜਾਂਦਾ ਵੀ ਜਦੋਂ ਇਹੋ ਜਿਹੇ ਕੰਮ ਦੇ ਵਿੱਚ ਸੱਟ ਲੱਗ ਗਈ ਸਾਲਾ ਫਿਰ ਮਨ ਤਾਂ ਦੁਖੀ ਹੁੰਦਾ ਹੀ ਆ ਯਾਰ ਵੀ ਇੱਕ ਤਾਂ ਕਬੂਤਰ ਵੀ ਚਲਾ ਗਿਆ ਬਾਜੀ ਵੀ ਹਰ ਗਏ ਅਤੇ ਕਬੂਤਰ ਦੀ ਜਾਨ ਵੀ ਗਈ ਉਦੋਂ ਵੱਡਾ ਦੁੱਖ ਦਾ ਖਿਡਾਰੀ ਬੰਦੇ ਲਈ ਵੀ ਹੋ ਹੀ ਨਹੀਂ ਸਕਦਾ ਜਿਵੇਂ ਖਿਡਾਰੀ ਦੀ ਸੀਜ਼ਨ ਦੇ ਵਿੱਚ ਸੱਟ ਵੱਜ ਜਾਂਦੀ ਕਬੱਡੀ ਉਸ ਸੀ 'ਚ ਬਸ ਹਾਂ ਸਮਝ ਲਓ ਵੀ ਕੌਡੀ ਪਾਉਣ ਗਈ ਜੀ ਉਦੋਂ ਕੋਈ ਲੱਤ ਬੰਨ ਟੁੱਟ ਜਾਂਦੀ ਆ ਅਤੇ ਉਹ ਹੰਕਾਰ ਫਿਰ ਮਨ 'ਚ ਹੀ ਰਹਿ ਜਾਂਦਾ ਫਿਰ ਉਹ ਕੋਈ ਹੰਕਾਰ ਨਹੀਂ ਨਾ ਰਹਿ ਜਾਂਦਾ ਇਹ ਹੁੰਦਾ ਵੀ ਚੱਲ ਯਾਰ ਅੱਜ ਤਾਂ ਆਪਣਾ ਆਏ ਸੀ ਬਾਕੀ ਜੱਜਮੈਂਟ ਆ ਜਾਂਦੀ ਜਦੋਂ ਬੰਦਾ ਰੋਜ਼ ਕਿਸਮ ਕਰਦਾ ਹੈ ਨਾ ਹੁਣ ਜੱਜਮੈਂਟ ਹੁੰਦੀ ਵੀ ਆਪਣਾ ਤਾਂ ਜੀਨਾ ਉੱਡੂਗਾ ਬਾਕੀ ਫਿਰਦੇ ਦੀ ਜੱਜਮੈਂਟ ਹੁੰਦੀ ਵੀ ਆਪਣਾ ਦੂਜੇ ਨਾਲੋਂ ਪਹਿਲਾਂ ਤਾਂ ਉੱਠ ਗਿਆ ਚੰਗਾ ਜਾਂਦਾ ਉਹਦੇ ਉਹਦੇ ਨਾਲ ਨੂੰ 2 ਗੇੜੇ ਲਿਆ ਯਾਰ ਆਪਣਾ ਤਾਂ ਉੱਥੇ ਆਪਾਂ ਇਹੀ ਕਰੀ ਜਾਂਦੇ ਅਤੇ ਦਿਹਾੜੀ ਕੱਢਦੇ ਹਾਂ ਜੇ ਮਗਰ ਲੈ ਕਬੂਤਰਾਂ 'ਚ ਵੀ ਕਬੂਤਰ ਫਿਰਦਾ ਉਦੋਂ ਇਹੀ ਜੱਜਮੈਂਟ ਹੁੰਦੀ ਆ ਹੋਰ ਕੋਈ ਘਰੋਂ ਤਾਂ ਇੱਕ ਨਹੀਂ ਜਾ ਸਕਦਾ ਵੀ ਹਾਂ ਮੇਰਾ ਤਕੜਾ ਯਾਰ ਮੈਂ ਜਿੱਤੀ ਲਊਂਗਾ ਮਗਰਲਿਆਂ ਦੇ ਵਿੱਚ ਜਦੋਂ ਜਾ ਕੇ ਉੱਥੇ ਭਿੜਨ ਵਾਲੇ ਥਾਂ 'ਤੇ ਭਿੜੀ ਜਾਂਦੇ ਹਾਂ ਉੱਥੇ ਜੱਜਮੈਂਟ ਆ ਵੀ ਆਪਾਂ ਟੱਕਰਾਂ ਕਿੰਨੀਆਂ ਆਪਾਂ ਵੱਧ ਮਾਰਦੇ ਕਿ ਅਗਲਾ ਆਪਣੇ ਮਾਰਦਾ ਉੱਥੇ ਹੀ ਸੋਚਦੇ ਵੀ ਯਾਰ ਹੁਣ ਆਪਾਂ ਕਿਹਦੀ ਅੰਨੀ ਨੂੰ ਹੋਈਏ ਕਬੂਤਰਾਂ ਵਾਲਿਆਂ ਮੰਨੀ ਨੂੰ ਹੋਈਏ ਕਿ ਥੋੜ੍ਹਾ ਜਿਹਾ ਚੁੰਡ ਅੰਨੀ ਨੂੰ ਹੋਈਏ ਵੀ ਯਾਰ ਅੱਜ ਤਾਂ ਚੰਗਾ ਯਾਰ ਰਹਿਣ ਦੇ ਜੇ ਕੋਈ ਨਾ ਹੀ ਬਾਜੀ ਮੌਕੇ ਤਾਂ ਅਤੇ ਜੇ ਥੋੜ੍ਹੇ ਜਿਹੇ ਖੰਭ ਢਿੱਲੇ ਮਾਰਦਾ ਫਿਰ ਅਸੀਂ ਨੇੜੇ 'ਚ ਹੋਈਏ ਯਾਰ ਵੀ ਕੋਈ ਮੰਨਦਾ ਗੱਲ ਆਪਣੀ ਮਾੜੀ ਮੋਟੀ ਕੋਈ 20-30 ਹਜ਼ਾਰ ਮਿਲਦਾ ਤਾਂ ਚੱਲ ਲੈ ਲਓ ਬਰਾਤ ਰਾ ਕੇ ਇਹ ਸਿਸਟਮ ਆ ਬਾਈ ਇਹਦੇ 'ਚ ਸਾਈਆਂ ਦਿੱਤੀਆਂ ਜਾਂਦੀਆਂ ਹਾਂ ਜਿਵੇਂ ਟੀਮਾਂ ਦਿੱਤੀਆਂ ਜੇ ਕਬੱਡੀ ਦਿੱਤੀਆਂ ਵੀ ਤੁਸੀਂ ਸਾਡੇ ਪਿੰਡ ਖੇਡਣ ਆਉਣਾ ਹਾਂਜੀ ਮਿਲਦੀਆਂ ਤੁਹਾਨੂੰ ਇੱਦਾਂ ਸਾਈਆਂ ਕਿਵੇਂ ਹਾਂ ਸਾਈਆਂ ਤਾਂ ਜੀ ਦੇਖੋ ਇਹਦੇ 'ਚ ਹੋਣਾ ਆ ਵੀ ਸਾਰੇ ਹੀ ਜਿਹੜਾ ਇਹ ਕੰਪੀਟੀਸ਼ਨ ਹੋ ਗਿਆ ਹਰੇਕ ਪਿੰਡ ਦੇ ਵਿੱਚ ਸਾਰਿਆਂ ਦੀ ਕਿਸੇ ਨਾਲ ਨਹੀਂ ਬਣਦੀ ਮੈਂ ਆਪਦੇ ਪਿੰਡ ਸੱਦਾ ਮੈਂ ਕਿਸੇ ਨੂੰ ਆਪਦੇ ਚਾਣੇ ਚਾਹਣ ਵਾਲੇ ਨੂੰ ਸੱਦੂਗਾ ਗਲਿਆਰ ਨੂੰ ਕਹੂੰਗਾ ਮੋਰ ਨੂੰ ਕਹੂੰਗਾ ਜਾਂ ਚੀਨੇ ਨੂੰ ਕਹੂੰਗਾ ਯਾਰ ਬਾਈ ਤੂੰ ਆਈ ਮੇਰੇ ਪਿੰਡ ਕਬੂਤਰ ਛੁੱਟਣਗੇ ਯਾਰ ਆਪਾਂ ਬਾਜੀ ਜਿੱਤਣੀ ਆ ਪਿੰਡ ਨੂੰ ਮੇਰੇ ਪਿੰਡ ਵਾਲਿਆਂ ਨੂੰ ਇਹ ਆ ਵੀ ਯਾਰ ਕੰਮ ਤੇ ਹੋਣੀ ਜਿੱਤਣ ਦੇ ਨਾ ਚਾਹੇ ਹੋਰ ਕੁਛ ਹੀ ਹੋ ਜੇ ਮੈਨੂੰ ਇਹ ਆ ਵੀ ਯਾਰ ਪਿੰਡ ਵਾਲਿਆਂ ਦੇ ਮੈਂ ਇੱਕ ਪਿੰਡ ਪਿੰਡ ਦੀ ਗੱਲ ਕਰਦਾ ਮੈਂ ਕੋਈ ਆਪਦੇ ਪਿੰਡ ਦੀ ਨਹੀਂ ਕਰਦਾ ਮੈਂ ਆਪਦੇ ਪਿੰਡ ਦਿਆਂ ਨੂੰ ਕਿਸੇ ਨੂੰ ਨੀਚਾ ਨਹੀਂ ਜਾਂ ਕਿਸੇ ਪਿੰਡ ਦੇ ਨੂੰ ਕਿਸੇ ਬੰਦੇ ਨੂੰ ਮਾੜਾ ਨਹੀਂ ਦਿਖਾਉਣਾ ਚਾਹੁੰਦਾ ਨਹੀਂ ਪਿੰਡ ਚੰਗੇ ਵੀ ਤੇ ਮਾੜੇ ਵੀ ਲੋਕ ਸਾਰੇ ਪਿੰਡਾਂ ਦੇ ਵਿੱਚ ਬਾਈ ਮਾੜੀ ਮੋਟੀ ਤੂੰ ਤੂੰ ਮੈਂ ਹਰੇਕ ਦੀ ਚੱਲੀ ਜਾਂਦੀ ਆ ਬਿਲਕੁਲ ਕੋਈ ਅੰਦਰ ਖਾਤੇ ਚਲਾਈ ਜਾਂਦਾ ਕੋਈ ਸ਼ਰੇਆਮ ਚਲਾਈ ਜਾਂਦਾ ਕਿਉਂਕਿ ਮੇਰੀ ਤਾਂ ਜਿਹਦੇ ਨਾਲ ਹੈਗੀ ਆ ਉਹਦੇ ਨਾਲ ਲੜਾਈ ਵੀ ਸ਼ਰੇਆਮ ਹੀ ਆ ਅਤੇ ਦੋਸਤੀ ਵੀ ਸ਼ਰੇਆਮ ਮੇਰੀ ਹੁਣ ਇਕੱਲੇ ਭੁੱਟੂ ਨਾਲ ਖੜਕਦੀ ਆ ਇੰਨਾ ਕੁ ਪ੍ਰੇਮ ਆ ਸਾਡਾ ਅਸੀਂ ਹਰੇਕ ਥਾਂ ਜੱਫੀ ਪਾ ਕੇ ਮਿਲਣਾ ਦਿਲੋਂ ਕਰਦੇ ਹਾਂ ਅਤੇ ਦਿਲੋਂ ਹੀ ਕਰਾਂਗੇ ਸਾਰੀ ਉਮਰ ਦੁਖਦੇ ਸੁਖਦੇ ਵੀ ਆਵਾਂ ਜਾਵਾਂਗੇ ਬਾਜੀ ਨਹੀਂ ਹੁੰਦੀ ਤਾਂ ਨਹੀਂ ਹੁੰਦੀ ਉਹਨੇ ਇੱਕ ਸਾਂ ਜਵਾਬ ਦਿੱਤਾ ਸੀ ਅਸੀਂ ਕਈ ਥਾਈ ਹੋ ਗਿਆ ਵੀ ਭੁੱਟੋ ਬਾਈ ਆਪਣੀ
ਹੋਰ ਇੱਕ ਦੋ ਬੰਦੇ ਹੈਗੇ ਜਿਹਨਾਂ ਨਾਲ ਨਹੀਂ ਹੋਣੀ, ਨਹੀਂ ਹੋਣੀ ਬਸ ਠੀਕ ਹੈ। ਮਤਲਬ ਕਬੂਤਰਾਂ ਦੀ ਜਿਹੜੀ ਇਹ ਸਿਸਟਮ ਹੈ, ਮਤਲਬ ਵੀ ਉਹ ਕਬੂਤਰ ਨਾ ਛੱਡਣ ਕਰਕੇ ਤੁਹਾਡੀ ਹੋਈ? ਉਹ ਬਾਜੀ ਚੱਲਦੀ ਸਾਡੀ ਸੁੱਖ ਨਾਲੇ। ਅੱਛਾ, ਉਹਨੇ ਬਾਈ ਵਿੱਕੀ ਕਹਿਣਾ ਮੰਨ ਲਈ, ਮੈਨੂੰ ਬਾਹਰ ਕੱਢਦਾ ਮੇਰੀ ਦੂਜੀ ਹਰੀ, ਮੰਨ ਕੇ ਚਲੋ ਮੈਨੂੰ ਨੰਬਰਾਂ ਦੇ ਪੈਸੇ ਮਿਲੇ, ਉਹ ਬਾਈ ਵਿੱਕੀ ਕਹਿਣਾ ਮੰਨ ਗਿਆ। ਮੈਨੂੰ ਕੋਈ ਬਾਈ ਕੇ ਦੁੱਖ ਹੀ ਨਹੀਂ ਸੀ, ਮੈਂ ਬਾਈ ਨੂੰ ਕਹਿੰਦਾ ਬਾਈ ਕੇ ਤਾਂ ਜਵਾਬ ਹੀ ਨਹੀਂ ਦਿੰਦੇ ਸੀਗੇ, ਬਾਈ ਨਾਲ ਤਾਂ ਆਪਾਂ ਨੂੰ ਇੰਨਾ ਆਪਣੀ ਬਾਜੀ ਦਾ ਜ਼ਿਕਰ ਹੋਈ ਨਹੀਂ, ਪਰ ਬਾਈ ਵਿੱਕੀ 'ਤੇ ਤਾਂ ਆਪਾਂ ਨੂੰ ਇੰਨਾ ਐਂ ਲੱਗਦਾ ਵੀ ਯਾਰ ਉਹ ਬੰਦਾ ਤਾਂ ਆਪਣੇ ਤੋਂ ਬਾਹਰ ਹੀ ਨਹੀਂ ਹੁੰਦਾ ਯਾਰ, ਇੰਨਾ ਸਤਿਕਾਰ ਆਪਣੇ ਆਪਣੇ ਦਿਲ 'ਚ ਉਹਦੇ ਲਈ, ਅਤੇ ਉਹ ਵੀ ਕਿਤੇ ਲੰਘਿਆ ਜਾਂਦਾ ਨੂੰ ਅਤੇ ਜੋਗੇ ਵਾਲੀ ਬਾਈ ਮਿਲਿਆ ਅਤੇ ਆਵਾਜ਼ ਮਾਰ ਕੇ ਮੈਨੂੰ ਕਹਿੰਦਾ ਤੂੰ ਕਿਤੇ ਲੰਘਿਆ ਜਾਂਦਾ, ਮੈਂ ਕਿਹਾ ਯਾਰ ਮੈਂ ਕਿਹਦੀ ਚਾਬੀ ਫੜਾਉਣੀ ਬਾਈ, ਅਤੇ ਦੋ ਗੱਲਾਂ ਸਾਂਝੀਆਂ ਹੋ ਜਾਂਦੀਆਂ ਅਤੇ ਮਨ ਨੂੰ ਸੰਤੁਸ਼ਟੀ ਹੋ ਜਾਂਦੀ ਵੀ ਚੱਲ ਯਾਰ ਉਹ ਵੀ ਬੰਦਾ ਆਪਾਂ ਨੂੰ ਚਾਹੁੰਦਾ। ਉਹ ਚੀਜ਼ਾਂ ਵੀ ਉਹਨੇ ਉਹਦੇ ਜਵਾਬ ਦਿੱਤਾ ਅਤੇ ਉਦੋਂ ਬਾਅਦ ਫਿਰ ਅਸੀਂ ਅੱਡੋ ਪਾਟੀ ਹੋ ਗਏ। ਪਰ ਉਹ ਰਿਸ਼ਤਿਆਂ ਦੇ ਵਿੱਚ ਦਰਾੜ ਨਹੀਂ, ਸਿਰਫ ਕਬੂਤਰ ਵਿੱਚ ਦਰਾੜ, ਇਹ ਰਿਸ਼ਤਿਆਂ ਦੀ ਕਦੀ ਦਰਾੜ ਆ, ਉਹਦੀ ਗੇਮ ਆ, ਉਹਨੇ ਆਪਾਂ ਨੂੰ ਢਾਲਿਆ, ਆਪਣੀ ਗੇਮ ਆਪਾਂ ਨੂੰ ਢਾਲ ਲੈਂਦੇ ਹਾਂ। ਜੇ ਹੁਣ ਐਤਕੀ ਕਬੂਤਰ ਬਿਮਾਰ ਸੀ ਵਿੱਚੋਂ, ਇੱਕ ਦਿਨ ਅਸੀਂ ਇਕੱਠੇ ਹੋਏ ਗੱਲਾਂ ਬਾਤਾਂ ਕਰਦੇ ਰਹੇ, ਐਂ ਨਹੀਂ ਐਂ ਕਰ ਲਈਏ, ਐਂ ਨਹੀਂ ਐਂ ਕਰ ਲਈਏ, ਨਹੀਂ ਮੈਂ ਕਹਿੰਦਾ ਮੈਂ ਤੇ ਥੋਕੀ ਲੈਣਾ, ਉਹਨੇ ਮੈਂ ਥੋਕੀ ਲੈਣਾ, ਉਹ ਚੀਜ਼ਾਂ ਨਹੀਂ ਇਹਦੇ 'ਚ ਚਾਹੀਦੀਆਂ ਆਪਣੀਆਂ, ਉਹ ਕਰਨੀਆਂ ਆਪਣੀਆਂ ਚਾਹੀਦੀਆਂ ਹੈਗੀਆਂ। ਜਦੋਂ ਤੁਸੀਂ ਉਹ ਬਾਬਾ ਜੀ ਕੋਲ ਗਏ ਸੀ ਗੁੜ ਲੈਣ ਦੀ, ਤੁਸੀਂ ਗੱਲ ਕਰ ਰਹੇ ਸੀ ਪਿੱਛੇ, ਹੈ ਨਾ, ਉਹ ਕਿਵੇਂ ਦੱਸ ਪਈ ਤੁਹਾਨੂੰ, ਮਤਲਬ ਵੀ ਉਸ ਬੰਦੇ ਤੱਕ ਦੱਸਾਂ ਪੈਂਦੀਆਂ ਹੈ ਕਿ ਨਹੀਂ? ਚੇਲਾ ਹੀ ਆ ਪਿੰਡੋ ਤੀਰਥ ਪੱਖੀ ਤੋਂ ਹੀ, ਵਧੀਆ ਕਬੂਤਰ ਉੱਡਦੇ, ਉਹਦਾ ਵਧੀਆ ਨਾਂ ਚੱਲਦਾ ਆਪਣੇ, ਉਹ ਵੀ ਚੰਗੇ ਉੱਡਦੇ ਆ ਉਹਦੇ। ਉਹਦੇ ਫਾਦਰ ਸਾਹਿਬ ਪਹਿਲਾਂ ਬਾਜ਼ੀਆਂ ਛੱਡਦੇ ਸੀ, ਉਹਨਾਂ ਦੇ ਜਾਣੀ ਜੱਦੀ ਬਸਤੀ ਸ਼ੌਂਕੀ ਸੀ ਉਹਨਾਂ ਦੇ ਘਰੇ ਵੀ, ਉਹ ਇਹ ਉਦੋਂ ਬਾਬੇ ਹੋਰੀ ਆ ਕੇ ਬਾਜ਼ੀਆਂ ਛੱਡਦੇ ਸੀ ਰੇਲ 'ਤੇ ਆਉਂਦੇ ਸੀ, ਟ੍ਰੇਨ 'ਤੇ ਚੜ੍ਹ ਕੇ, ਬਾਂਦਰ ਚਟਾਣੇ ਬਾਜ਼ੀ ਹੁੰਦੀ ਸੀ ਜਾਂ ਮਰਾਜ ਕੇ ਚੱਕ ਬਾਜ਼ੀ ਹੁੰਦੀ ਸੀ, ਢੀਮਾਂ ਵਾਲੀ ਬਾਜ਼ੀ ਹੁੰਦੀ ਸੀ, ਇਹ ਹਰੇ ਉੱਧਰੋਂ ਹਰਿਆਣੇ 'ਚੋਂ ਗੱਡੀ ਆਉਂਦੀ ਸੀ, ਇਹ ਕਾਲੇ ਵਾਲੀ ਮੰਡੀ ਤੋਂ ਫੜਦੇ ਸੀਗੇ, ਉੱਥੋਂ ਆ ਕੇ ਇਹਨਾਂ ਏਰੀਏ 'ਚ ਬਾਜ਼ੀਆਂ ਛੱਡਦੇ ਸੀ। ਉਹ ਬਜ਼ੁਰਗ ਜਾਣਦਾ ਸੀ ਤੀਰਥ ਦਾ, ਹਰਦੇਵ ਸਿੰਘ, ਉਹ ਮੈਨੂੰ ਕਹਿੰਦਾ ਯਾਰ ਤੇਰੇ ਸਹੁਰੇ ਉੱਧਰ ਤੂੰ ਉਹ ਬੰਦੇ ਲੱਭ ਉੱਧਰੋਂ, ਉਹਨਾਂ ਕੋਲ ਮੈਂ ਕੋਈ 18-20 ਗੇੜੇ ਮਾਰੇ, ਬਜ਼ੁਰਗ ਸੀ, ਅੱਛਾ, ਉਹਨਾਂ ਨੂੰ ਕੰਨਾਂ ਤੋਂ ਘੱਟ ਸੁਣਦਾ ਸੀਗਾ, ਅਤੇ ਉਹਨਾਂ ਨੇ ਮੇਰੇ ਜਾਣੀ ਬਹੁਤ ਗੇੜੇ ਲਵਾਏ, ਕਿਉਂਕਿ ਉਹ ਸਮਾਂ ਹੀ ਸੀਗਾ ਉਦੋਂ ਸਾਰੇ, ਕੋਈ ਹੁਣ ਤਾਂ ਕੋਈ ਕੜੇ ਨੂੰ ਦੱਸੀ ਜਾਂਦਾ, ਕੋਈ ਮੋਟਰਸਾਈਕਲ ਨੂੰ ਦੱਸੀ ਜਾਂਦਾ, ਕੋਈ ਵੱਧ 2 ਲੱਖ ਨੂੰ ਦੱਸੀ ਜਾਂਦਾ, ਕੋਈ 3 ਲੱਖ ਨੂੰ, ਉਦੋਂ ਤਾਂ ਕੋਈ ਪੈਸਿਆਂ ਵਾਲਾ ਤਾਂ ਮੈਟਰ ਹੀ ਹੈ ਨਹੀਂ ਸੀ। ਉਹਨਾਂ ਨੇ ਮੇਰੇ ਤੋਂ 5 ਰੁਪਈਏ, ਇੱਕ ਪੱਗ ਅਤੇ ਇੱਕ ਲੱਡੂਆਂ ਦਾ ਡੱਬਾ ਲਿਆ, ਦਾਅ ਦੱਸਣ ਦਾ, ਹਾਂ ਦਾਅ ਦੱਸਣ ਦਾ ਵੀ ਇਹੀ ਸੀ, ਬਸ ਉਹਨਾਂ ਨੇ ਮੈਨੂੰ ਉਹ ਪਰਚੀਆਂ ਦੇ ਦਿੱਤੀਆਂ, ਦੱਸਤਾ ਇਹਨੂੰ ਐਂ ਰਗੜਲੀਆਂ ਨੂੰ ਐਂ ਬਣਾ ਲਈਆਂ, ਐਂ ਦੇ ਲੈਣੀਆਂ, ਉਹ ਬਸ ਗਾਂ ਕੁਛ, ਮੈਂ ਪਰਮਾਤਮਾ ਦੀ ਕਿਰਪਾ ਨਾਲ ਦਿਮਾਗ ਉਸ ਪਾਸੇ ਸੀਗਾ, ਉਹਨੂੰ ਵਰਤ ਲਿਆ, ਉਹ ਮੇਰੇ ਸਿੱਧ ਹੋ ਗਿਆ, ਬਸ ਆਹ ਕੁਛ ਸੀਗਾ। ਉਦੋਂ ਤਾਂ ਲੈਂਡਲਾਈਨ ਵਾਲੇ ਫੋਨ ਹੁੰਦੇ ਸੀਗੇ, ਮੋਬਾਈਲ ਤਾਂ ਕਿਸੇ, ਉਹ ਵੀ ਲੈਂਡਲਾਈਨ ਵਾਲਾ ਹੀ ਵਿਰਲੇ ਘਰੇ ਹੁੰਦਾ ਸੀ, ਉਹਨਾਂ ਦੀ ਮੌਤ ਹੋ ਗਈ, ਮੈਨੂੰ ਤਾਂ ਉਹ ਵੀ ਨਹੀਂ ਪਤਾ ਲੱਗਾ ਸੀਗਾ। ਮੈਂ ਬਾਅਦ ਦੇ ਵਿੱਚ ਹੁਣ ਇੱਕ ਮੁੰਡਾ ਉਸ ਪਿੰਡ ਦਾ ਹੀ ਮੇਰਾ ਹੋਰ ਦੋਸਤ ਬਣ ਗਿਆ, ਉਸ ਪਿੰਡ ਦਾ ਪ੍ਰਾਹੁਣਾ ਹੀ ਆ ਨਾਲ, ਅਤੇ ਉਹਨਾਂ ਦੇ ਜ਼ਰੀਏ ਮੈਂ ਹੁਣ ਫਿਰ ਉਸ ਪਰਿਵਾਰ ਨੂੰ ਕੁਛ ਦਿਨ ਹੀ ਪਹਿਲਾਂ ਮਿਲ ਕੇ ਆਇਆ, ਐਤਕੀ ਬਦਾਮ ਲੈਣ ਗਿਆ ਡੱਬਾ ਲਈ, ਉਹਦੇ ਉਸ ਦਿਨ ਮਿਲ ਕੇ ਆਇਆ, ਉਹ ਭੈਣ ਮੇਰੀ ਜਿਹਦੀ ਬਦੌਲਤ ਮੈਂ ਜਿੱਥੋਂ ਤੀਕਰ ਪਹੁੰਚਿਆ, ਉਹਨੂੰ ਮਿਲ ਕੇ ਆਇਆ, ਇੱਕ ਬਾਬਾ ਜੀ ਦਾ ਬੇਟਾ ਹੈ ਜਾਨੀ, ਦੂਜੇ ਤਾਂ ਚੱਲ ਵਸੇ, ਕਿਉਂਕਿ ਉਹ ਕਾਫੀ ਜ਼ਿਆਦਾ ਉਮਰ ਦੇ ਸੀ ਉਸ ਟਾਈਮ 'ਚ, ਉਹਨੂੰ ਮਿਲ ਕੇ ਆਇਆ, ਅਤੇ ਦੁਬਾਰਾ ਫਿਰ ਮੇਰੀ ਕਹਿਣਾ ਵੀ ਆ ਹੁਣ ਬਾਜੀਆਂ ਬੁਜ਼ੀਆਂ ਤੋਂ ਵਿਹਲੇ ਹੋ ਕੇ ਫਿਰ ਉਸ ਪਰਿਵਾਰ ਨਾਲ ਰਾਬਤਾ ਕਰਾਂਗੇ, ਜਾਇਆ ਆਇਆ ਕਰਾਂਗੇ, ਉਹਨਾਂ ਦੀ ਬੜੀ ਵੱਡੀ ਦੇਣ ਆ ਮੇਰੇ ਲਈ।